ਗੁੱਡ ਈਵਨਿੰਗ ਲੇਡੀਜ਼ ਐਂਡ ਜੈਂਟਲਮੈਨ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਦਾਬ ਨਮਸਕਾਰ। ਮੈਂ ਤੁਹਾਡਾ ਆਪਣਾ ਪਾਲ ਬਾਟ, ਇੱਕ ਵਾਰ ਫਿਰ ਵਾਸ਼ਿੰਗਟਨ DC, ਦੁਨੀਆਂ ਦੀ ਰਾਜਧਾਨੀ ਤੋਂ ਆਪਣਾ ਪ੍ਰੋਗਰਾਮ ਲੈ ਕੇ DC ਨਾਈਟ ਵਿਦ ਪਾਲ ਬਾਟ। ਔਰ ਅੱਜ ਦੇ ਮੇਰੇ ਗੈਸਟ ਲੋਕਲ ਕਮਿਊਨਿਟੀ ਦੀ ਜਾਣੀ ਪਹਿਚਾਣੀ ਸ਼ਖਸੀਅਤ ਡਾਕਟਰ ਜਤਿੰਦਰ ਪਾਲ ਸਿੰਘ ਮਾਨ ਮੌਜੂਦ ਨੇ, ਔਰ ਮੈਂ ਤੁਹਾਡੀ ਇਜਾਜ਼ਤ ਦੇ ਨਾਲ ਜੀ ਆਇਆਂ ਕਹਿਣਾ ਚਾਹੁੰਦਾ। ਡਾਕਟਰ ਸਾਹਿਬ ਜੀ ਆਇਆਂ ਨੂੰ ਤੁਹਾਡਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਐਂਡ ਜੋ ਗੱਲ ਆਪਾਂ ਅੱਜ ਕਰਨ ਜਾ ਰਹੇ ਹਾਂ ਜੀ ਇਸ ਪ੍ਰੋਗਰਾਮ ਦੇ ਰਾਹੀਂ, MYTV ਦਾ ਜੋ ਉਪਰਾਲਾ ਹੈ ਕਿ ਆਪਣੀ ਜਿਹੜੀ ਅਮੈਰੀਕਾ ਦੇ ਵਿੱਚ ਕਮਿਊਨਿਟੀ ਵੱਸਦੀ ਹੈ ਜਾਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੱਸਦੀ ਹੈ, ਉਹਨਾਂ ਨੂੰ ਹਰ ਖੇਤਰ ਦੇ ਵਿੱਚ ਵੱਧ ਤੋਂ ਵੱਧ ਨੌਲੇਜ ਦਿੱਤੀ ਜਾ ਸਕੇ ਔਰ ਇਸ ਲਾਇਕ ਕੀਤਾ ਜਾ ਸਕੇ ਕਿ ਜਿਹੜੀਆਂ ਚੀਜ਼ਾਂ ਨੂੰ ਹਾਸਲ ਕਰਨ ਦੇ ਲਈ ਉਹਨਾਂ ਦੇ ਕੋਲ ਵਕਤ ਨਹੀਂ ਹੁੰਦਾ, ਅਸੀਂ ਉਪਰਾਲਾ ਕਰੀਏ ਐਸੇ ਸ਼ਖਸੀਅਤਾਂ ਲੈ ਕੇ ਕਿ ਜਿਨ੍ਹਾਂ ਦੀ ਨੌਲੇਜ ਇਸ ਮੀਡੀਆ ਦੇ ਰਾਹੀਂ ਆਪਾਂ ਸਾਂਝੀ ਕਰ ਸਕੀਏ। ਸੋ ਅੱਜ ਦਾ ਜਿਹੜਾ ਮੁੱਦਾ ਸਾਡਾ, ਸੁਤੰਤਰਤਾ, ਲਿਬਰਟੀ ਜਿਹਨੂੰ ਆਪਾਂ ਕਹਿੰਦੇ ਹਾਂ, ਅਮੈਰੀਕਾ ਦਾ ਜਿਹੜਾ ਸਿਸਟਮ ਹੈ, ਅਮੈਰੀਕਨ ਕਮਿਊਨਿਟੀ ਹੈ ਜਾਂ ਅਮੈਰੀਕਨ ਇੱਕ ਦੇਸ਼ ਅਮੈਰੀਕਾ ਜਿਹੜਾ ਆ ਉਹ ਵੱਸਦਾ ਹੀ ਲਿਬਰਟੀ ਦੇ ਉੱਤੇ ਆ, ਔਰ ਅੱਜ ਦਾ ਜਿਹੜਾ ਸਫ਼ਰ ਹੈ ਇਸ ਦੇਸ਼ ਦਾ ਉਹਦੇ ਵਿੱਚ ਉਸ ਸੁਤੰਤਰਤਾ ਦਾ, ਉਸ ਆਜ਼ਾਦੀ ਦਾ ਬਹੁਤ ਵੱਡਾ ਹਿੱਸਾ। ਬੜੀ ਇੰਟਰਸਟਿੰਗ ਗੱਲਬਾਤ ਹੋਣ ਜਾ ਰਹੀ ਹੈ, ਬਹੁਤ ਇਨਫੋਰਮੇਟਿਵ ਹੋਏਗੀ, ਸੋ ਪਲੀਜ਼ ਸਟੇ ਵਿਦ ਅਸ। ਇਹਦੇ ਨਾਲ ਹੀ ਮੈਂ ਚਾਹੁੰਦਾ ਡਾਕਟਰ ਸਾਹਿਬ ਤੁਸੀਂ ਇਸ ਵਿਸ਼ੇ ਦੇ ਉੱਤੇ ਵਿਊਜ਼ ਨਾਲ ਆਪਣੇ ਵਿਚਾਰ ਸਾਂਝੇ ਕਰ ਲਓ ਪਲੀਜ਼। ਲਓ ਜੀ, ਆਗਿਆਪਾਲ ਜੀ ਨੇ ਜੋ ਇੰਟਰੋਡਕਸ਼ਨ ਦਿੱਤੀ ਕਿ ਅਸੀਂ ਤੁਹਾਡੇ ਨਾਲ ਕੋਈ ਯੂਨੀਕ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ, ਮੈਂ ਉਹਦੇ ਉੱਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੂੰਗਾ। ਮੈਂ ਇਸ ਵਿਸ਼ੇ ਦੇ ਉੱਤੇ ਸਟੱਡੀ ਕਾਫੀ ਕੀਤਾ ਹੈ, ਪਰ ਮੈਨੂੰ ਤੁਸੀਂ ਇਸ ਦਾ ਐਕਸਪਰਟ ਬੇਸ਼ੱਕ ਨਾ ਸਮਝਣਾ। ਮੇਰਾ ਪੈਸ਼ਨ, ਆ ਤੁਸੀਂ ਅਮਰੀਕਾ ਦਾ ਝੰਡਾ ਲੱਗਿਆ ਵੇਖ ਰਿਹਾ ਹੋਏਗਾ, ਆਈ ਲਵ ਅਮੈਰੀਕਾ, ਪਰ ਇਸ ਕਰਕੇ ਨਹੀਂ ਕਿ ਅਮੈਰੀਕਾ ਦਾ ਮੈਂ ਜੰਮਪਲ ਹੈ, ਮੈਂ ਤਾਂ ਇੱਥੋਂ ਦਾ ਹੈ ਹੀ ਨਹੀਂ, ਮੈਂ ਤਾਂ ਇੱਥੇ 35 ਸਾਲ ਪਹਿਲਾਂ ਆਇਆ ਸੀ। ਮੇਰੀ ਜਿਹੜੀ ਕੁਦਰਤੀ ਪਿਆਰ ਔਰ ਵੀਕਨੈਸ ਹੈ ਉਹ ਆਪਣੇ ਜਨਮ ਭੂਮੀ ਨਾਲ ਹੀ ਹੈ, ਪਰ ਮੈਂ ਅਮਰੀਕਾ ਦਾ ਦੀਵਾਨਾ ਕਿਉਂ ਹਾਂ? ਮੈਂ ਇਹ ਤੋਂ ਪਹਿਲਾਂ ਗੱਲ ਸਾਂਝੀ ਕਰ ਦਵਾਂ ਕਿ ਬਾਏ ਪ੍ਰੋਫੈਸ਼ਨ ਹੀ ਇਜ਼ ਅ ਡਾਕਟਰ, ਨੋ ਡਾਊਟ ਕਿ, ਪਰ ਪਿਛਲੇ 15 ਸਾਲਾਂ ਤੋਂ ਮੈਂ ਡਾਕਟਰ ਸਾਹਿਬ 'ਚ ਇੱਕ ਬਹੁਤ ਵੱਡੀ ਤਬਦੀਲੀ ਦੇਖੀ ਹੈ। ਤਬਦੀਲੀ ਇਹੀ ਪੈਸ਼ਨ ਜਿਹਦੀ ਇਹ ਗੱਲ ਕਰ ਰਹੇ ਨੇ, ਇਹ ਚਾਹੁੰਦੇ ਨੇ ਕਿ ਜਿਹੜਾ ਦੀਵਾਨਾ ਪੰਨਣ ਦਾ ਇਹ ਪੈਸ਼ਨ ਜਿਹੜਾ ਆ ਇਸ ਦੀ ਕਦਰ ਕਰਦਾ ਹੋਇਆ ਮੈਂ ਇਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ, ਸੋ ਪਲੀਜ਼ ਕਰਿਓ। ਸੋ ਅੱਜ ਮੇਰੀ ਆਸ ਇਹ ਨਹੀਂ ਕਿ ਜੋ ਮੈਂ ਕਹਾਂਗਾ ਤੁਸੀਂ ਸਾਰੇ ਉਸਨੂੰ ਬਿਲੀਵ ਕਰਕੇ ਅਤੇ ਸਪੋਰਟ ਕਰਨਾ ਸ਼ੁਰੂ ਕਰ ਦਿਓਗੇ, ਪਰ ਮੇਰੀ ਆਸ ਸਿਰਫ ਇਹ ਹੈ ਕਿ ਤੁਹਾਡੇ ਜ਼ਹਿਨ ਦੀਆਂ ਗਹਿਰੀਆਂ ਤਹਾਂ ਵਿੱਚ ਇੱਕ ਚਿੰਗਾਰੀ ਜਾਗ ਪਵੇ, ਉਸ ਤੋਂ ਬਾਅਦ ਰਿਸਰਚ ਔਰ ਜਾਣਕਾਰੀ ਵਧਾਉਣ ਦੀ ਕੋਸ਼ਿਸ਼ ਤੁਸੀਂ ਆਪੇ ਕਰਨੀ ਹੈ। ਕਈਆਂ ਗੱਲਾਂ 'ਤੇ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਵੀ ਹੋਵੋਗੇ, ਪਰ ਆਪਣੀ ਜਾਣਕਾਰੀ ਕਰਨ ਤੋਂ ਬਾਅਦ ਜੇ ਸਹਿਮਤੀ ਨਹੀਂ ਹੋਈ ਤਾਂ ਉਹ ਇੱਕ ਵਾਜਿਬ ਡਿਸਐਗਰੀਮੈਂਟ ਹੈ। ਜਾਣਕਾਰੀ ਤੋਂ ਬਗੈਰ ਡਿਸਐਗਰੀਮੈਂਟ ਕਰਨਾ ਮੈਂ ਸਮਝਣਾ ਕਿ ਜਾਇਜ਼ ਨਹੀਂ। ਅਮਰੀਕਾ ਦਾ ਮੈਂ ਦੀਵਾਨਾ ਕਿਉਂ ਹਾਂ? ਬਿਕੋਜ਼ ਆਫ ਲਿਬਰਟੀ, ਡਿਕਲਰੇਸ਼ਨ ਆਫ ਇੰਡੀਪੈਂਡੈਂਸ। ਥੋਮਸ ਜੈਫਰਸਨ ਲਿਖਦਾ ਕਿ ਵੀ ਆਰ ਐਂਡਾਊਡ ਬਾਏ ਆਵਰ ਕ੍ਰੀਏਟਰ ਵਿਦ ਸਰਟਨ ਅਨਏਲੀਅਨੇਬਲ ਰਾਈਟਸ, ਐਂਡ ਅਮੰਗ ਦੋਜ਼ ਰਾਈਟਸ ਆਰ ਰਾਈਟ ਟੂ ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ। ਕੈਸੀ ਗੱਲ ਹੈ! ਗਵਰਨਮੈਂਟਸ ਆਰ ਇੰਸਟੀਟਿਊਟਡ ਅਮੰਗ ਮੈਨ ਟੂ ਇਨਸ਼ੋਰ ਦੋਜ਼ ਰਾਈਟਸ, ਡਿਰਾਈਵਿੰਗ ਦੇਅਰ ਜਸਟ ਪਾਵਰਸ ਬਾਏ ਦੀ ਕੰਸੈਂਟ ਆਫ ਦਾ ਗਵਰਨਡ। ਇਹ ਗੱਲ ਦੁਨੀਆ ਦੀ ਹਿਸਟਰੀ 'ਚ ਕਿਸੇ ਫਾਊਂਡਿੰਗ ਫਾਦਰ ਨੇ ਅੱਜ ਤੱਕ ਨਹੀਂ ਲਿਖੀ। ਔਰ ਇੱਕ ਅਮਰੀਕਾ 'ਚ ਤੁਸੀਂ ਸ਼ਾਇਦ ਕਾਨਸੈਪਟ ਸੁਣਿਆ ਹੋਏਗਾ, ਬਿਨ ਦੇਅਰ ਡਨ ਦੈਟ। ਉਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਰੈਸਟੋਰੈਂਟ 'ਚ ਜਾਣ ਦੀ ਸੋਚ ਰਹੇ ਹਾਂ, ਚੱਲ ਜੀ ਆਗਿਆ ਪਾਲ ਜੀ ਆਪਾਂ ਕਿਹੜੇ ਰੈਸਟੋਰੈਂਟ ਜਾਈਏ। ਮੈਂ ਪੰਜਾਬੀ 'ਚ ਕਹਿ ਦਵਾਂ, ਹਾਂ, ਕਿ ਸਾਡੇ ਨਾਲ ਸਾਡਾ ਵਾਹ ਵੀ ਪਿਆ ਅਤੇ ਅਸੀਂ ਰਾਹ ਵੀ ਪਏ ਹੈ। ਹਾਂ, ਸੋ ਅਸੀਂ ਕਹੀਏ ਵੀ ਫਲਾਣੀ ਥਾਂ ਚੱਲੀਏ, ਆਗਿਆ ਪਾਲ ਕਹੇ ਨਹੀਂ ਜੀ ਉੱਥੇ ਤਾਂ ਅਸੀਂ ਜਾ ਚੁੱਕੇ ਹਾਂ, ਹੁਣ ਕਿਸੇ ਨਵੀਂ ਥਾਂ ਚੱਲੀਏ। ਦੈਟ ਇਜ਼ ਬਿਨ ਦੇਅਰ ਡਨ ਦੈਟ। ਯੈਸ, ਬਟ ਫਿਲੋਸੋਫਿਕਲੀ ਬਿਨ ਦੇਅਰ ਡਨ ਦੈਟ ਦਾ ਮਤਲਬ ਇਹ ਹੈ ਕਿ ਥਰੂ ਆਊਟ ਹਿਊਮਨ ਹਿਸਟਰੀ ਹਿਊਮਨ ਅਫੇਅਰ ਨੂੰ ਮੈਨੇਜ ਕਰਨ ਵਾਸਤੇ ਜੋ ਸਿਸਟਮ ਬਣਾਏ ਜਾਂਦੇ ਨੇ ਉਹਨਾਂ ਨੂੰ ਕੋਨਸਟੀਟਿਊਸ਼ਨ ਕਹਿੰਦੇ ਆ, ਉਹਨੂੰ ਰਨ ਕਰਨ ਦੇ ਜਿਹੜੇ ਤਰੀਕੇ ਨੇ ਜਾਂ ਤਰੀਕਾ ਘੁੰਨੇ ਉਹਨਾਂ ਨੂੰ ਪੋਲੀਟਿਕਸ ਅਤੇ ਪੋਲੀਟੀਸ਼ੀਅਨ ਕਹਿੰਦੇ ਆ। ਸੋ ਪੋਲੀਟਿਕਸ ਇੱਕ ਸੁਸਾਇਟੀ ਨੂੰ ਰਨ ਕਰਨ ਦਾ ਇੱਕ ਜ਼ਰੀਆ ਹੈ। ਬਿਨ ਦੇਅਰ ਡਨ ਦੈਟ ਤੋਂ ਮੇਰਾ ਮਤਲਬ ਇਹ ਹੈ, ਜੋਰਜ ਸੈਂਟਾਇਨ ਆ ਇੱਕ ਸਪੈਨਿਸ਼ ਫਿਲਾਸਫਰ ਹੋਇਆ ਸਨ 1905-10 ਦੇ ਦੌਰਾਨ, ਉਹ ਕਹਿੰਦਾ ਹੈ ਕਿ ਦੋਜ਼ ਹੂ ਡੋਂਟ ਲਰਨ ਫਰੋਮ ਹਿਸਟਰੀ ਆਰ ਡੂਮਡ ਟੂ ਰਿਪੀਟ ਇਟ। ਸੋ ਮੇਰਾ ਉਪਰਾਲਾ ਇਹੀ ਹੈ ਕਿ ਸਾਰਿਆਂ ਨੂੰ ਮੈਂ ਪ੍ਰੇਰਿਤ ਕਰਾਂ ਕਿ ਆਪਣੀ ਜਿੱਥੇ ਜਿੱਥੇ ਹਿਊਮਨ ਰੇਸ ਜਾ ਚੁੱਕੀ ਹੈ, ਐਕਸਪੈਰੀਮੈਂਟ ਕਰ ਚੁੱਕੀ ਹੈ,
ਉਸ ਐਕਸਪੈਰੀਮੈਂਟ ਦੇ ਰਿਜ਼ਲਟ ਆਪਣੇ ਆਪ ਹਿਸਟਰੀ ਸਟੱਡੀ ਕਰਕੇ ਸਿੱਖੋ ਅਤੇ ਜਿਹੜੇ ਐਕਸਪੈਰੀਮੈਂਟ ਕਾਮਯਾਬ ਹੁੰਦੇ ਨੇ ਉਹਨਾਂ ਨੂੰ ਅਪਣਾਓ ਅਤੇ ਜਿਹੜੇ ਫੇਲ ਹੋ ਚੁੱਕੇ ਨੇ ਆਲਰੇਡੀ ਪ੍ਰੂਵਨ ਹੋ ਚੁੱਕੇ ਨੇ ਉਹਨਾਂ ਨੂੰ ਘੜੀ ਮੜੀ ਦੁਬਾਰਾ ਨਾ ਟਰਾਈ ਕਰੀ ਜਾਓ। ਦੁਬਾਰਾ ਉਹ ਬੰਦਾ ਟਰਾਈ ਕਰਦਾ ਜਿਹਨੂੰ ਹਿਸਟਰੀ ਦਾ ਨਹੀਂ ਪਤਾ। ਹੁਣ ਅਮਰੀਕਾ ਕਿਉਂ ਇੱਕ ਸਕਸੈਸਫੁਲ ਐਕਸਪੈਰੀਮੈਂਟ, ਅਮੈਰੀਕਨ ਰੈਵੋਲੂਸ਼ਨ ਔਰ ਅਮੈਰੀਕਨ ਕੋਨਸਟੀਟਿਊਸ਼ਨ ਨੂੰ ਗ੍ਰੇਟ ਐਕਸਪੈਰੀਮੈਂਟ ਕਿਹਾ ਗਿਆ ਸੀ। ਐਕਸਪੈਰੀਮੈਂਟ ਅੱਜ ਤੋਂ 250 ਸਾਲ ਪਹਿਲਾਂ ਸੀ, ਹੁਣ ਐਕਸਪੈਰੀਮੈਂਟ ਦੇ ਰਿਜ਼ਲਟ ਆ ਚੁੱਕੇ ਨੇ। ਨਾਓ ਇਟ ਇਜ਼ ਨੋਟ ਐਨ ਐਕਸਪੈਰੀਮੈਂਟ ਐਨੀਮੋਰ। ਕਾਮਯਾਬੀ ਅਮਰੀਕਾ ਦੇ ਐਕਸਪੈਰੀਮੈਂਟ ਦੀ ਸਭ ਦੇ ਸਾਹਮਣੇ ਜ਼ਾਹਰ ਹੈ। ਕਿਸੇ ਮੁਲਕ ਦੀ ਕਾਮਯਾਬੀ ਦੀ ਕਸੌਟੀ ਮੇਰੀ ਨਜ਼ਰ ਵਿੱਚ ਇਹ ਨਹੀਂ ਕਿ ਉੱਥੋਂ ਦੇ ਸਭ ਤੋਂ ਅਮੀਰ ਬੰਦੇ ਕਿੰਨੇ ਕੁ ਅਮੀਰ ਨੇ, ਕਸੌਟੀ ਇਹ ਹੈ ਕਿ ਉੱਥੋਂ ਦੇ ਸਭ ਤੋਂ ਗਰੀਬ ਬੰਦੇ ਦੀ ਕਿੰਨੀ ਮਾੜੀ ਜਾਂ ਚੰਗੀ ਹਾਲਤ ਹੈ, ਜਿਹੜਾ ਆਮ ਸਿਟੀਜ਼ਨ ਹੈ। ਹਾਂ, ਉਹਦੀ ਕੀ ਹਾਲਤ? ਮੇਰੇ ਘਰ ਦੀ ਜੈਨੇਟਰ ਨੂੰ, ਜਿਹਨੂੰ ਅਸੀਂ ਪੰਜਾਬੀ ਕਲਚਰ ਕੋਈ ਭੈੜੇ ਲਫਜ਼ ਕਹਿੰਦੇ ਹਾਂ, ਕਿ ਇਸ ਘਰ ਦੀ ਸਫਾਈਆਂ ਕਰਨ ਵਾਲੇ, ਉਦੋਂ ਗਰੀਬ ਅਤੇ ਥੱਲੇ ਜਿਹੜਾ ਅਨਪਲਾਈਡ ਹੀ ਹੁੰਦਾ, ਹੋਰ ਤਾਂ ਉਦੋਂ ਥੱਲੇ ਕੋਈ ਨਹੀਂ। ਰਾਈਟ। ਮੇਰੇ ਘਰ ਦੀ ਜੈਨੇਟਰ ਬ੍ਰੈਂਡ ਨਿਊ ਹੋਂਡਾ ਪਾਇਲਟ SUV 'ਤੇ ਡਰਾਈਵ ਕਰਕੇ ਆਉਂਦੀ ਆ। ਅੱਜ ਤੋਂ 3 ਸਾਲ ਪਹਿਲਾਂ ਬ੍ਰੈਂਡ ਨਿਊ ਸੀ, ਅੱਜ ਤੋਂ 3 ਸਾਲ ਪੁਰਾਣੀ ਹੋ ਚੁੱਕੀ ਆ। ਦੁਨੀਆ ਦੇ ਕਿਹੜੇ ਮੁਲਕ ਦਾ ਜੈਨੇਟਰ ਹੋਂਡਾ ਪਾਇਲਟ SUV ਚਲਾਈ ਫਿਰਦਾ? ਤੁਸੀਂ ਜਿਹੜੇ ਨੈਗੇਟਿਵ ਇਸ ਗੱਲ ਨੂੰ ਲਵੋਗੇ, ਉਹ ਇਹ ਕਹਿ ਸਕਦੇ ਹੋ ਕਿ ਜੀ ਇਹ ਤੁਹਾਡਾ ਜੈਨੇਟਰ ਕੋ ਹੋਏਗਾ ਇਹੋ ਜਿਹਾ, ਬਾਕੀ ਤਾਂ ਨਹੀਂ ਸਾਰੇ, ਪਰ ਇੱਕ ਜੈਨੇਟਰ ਤਾਂ ਹੈ, ਉਹਦਾ ਮੈਂ ਪ੍ਰਤੱਖ ਪ੍ਰਮਾਣ ਬੈਠਾ ਤੁਹਾਡੇ ਸਾਹਮਣੇ। ਕਿੱਤਾ ਤਾਂ ਉਹੀ ਹੈ ਨਾ ਜੀ। ਹਾਂ, ਕਿੱਤਾ ਉਹੀ ਤਾਂ ਉਹੀ ਹੈ। ਸੋ ਇਹ ਕਿਉਂ, ਮੇਰੇ ਨਾਲ ਦੁਨੀਆ ਦੀ ਕਿਸੇ ਵੀ ਅਮਰੀਕਨ ਅੰਬੈਸੀ 'ਚ ਚਲੇ ਜਾਓ, ਮੈਂ ਤੁਹਾਨੂੰ ਲੰਮੀਆਂ ਲਾਈਨਾਂ ਲੋਕਾਂ ਦੀਆਂ ਦਿਖਾਵਾਂਗਾ ਜਿਹੜੇ ਇੱਥੇ ਆਉਣ ਵਾਸਤੇ ਐਕਸਟ੍ਰੀਮ ਡਿਫੀਕਲਟੀਜ਼ ਦੇ ਥਰੂ ਲੰਘਣ ਨੂੰ ਤਿਆਰ ਨੇ। ਈਵਨ ਫਸਟ ਵਰਲਡ ਕੰਟਰੀਜ਼ ਵਿੱਚ ਵੀ, ਨੋਟ ਓਨਲੀ ਥਰਡ ਵਰਲਡ, ਯੂਰਪ, ਆਟਵਾ ਚਲੇ ਜਾਓ ਮੇਰੇ ਨਾਲ, ਕੈਨੇਡੀਅਨ ਦੀ ਵੀ ਲੈਣ ਲੱਗੀ ਆ। ਹਾਲਾਂਕਿ ਫਸਟ ਵਰਲਡ 'ਚ ਲੈਣਾ ਛੋਟੀਆਂ ਨੇ, ਥਰਡ ਵਰਲਡ 'ਚ ਲੈਣਾ ਲੰਮੀਆਂ ਨੇ, ਪਰ ਹਰ ਕੋਈ ਅਮਰੀਕਾ ਜਾਣਾ ਚਾਹੁੰਦਾ। ਰਾਈਟ। ਹੁਣ ਮੇਰੇ ਨਾਲ ਮੈਸਾਚੂਸੈਟਸ ਐਵਨਿਊ ਦੇ ਉੱਤੇ DC ਵਿੱਚ ਆਓ, ਜਿੱਥੇ ਦੂਜੇ ਮੁਲਕਾਂ ਦੀਆਂ ਐਮਬੈਸੀਜ਼ ਨੇ। ਰਾਈਟ, ਰੋਜ਼ ਸਾਰੇ ਐਮਬੈਸੀਜ਼ ਉੱਥੇ, ਕਿਸੇ ਅਮਰੀਕਨਾਂ ਦੀਆਂ ਲੈਣਾ ਨਹੀਂ ਲੱਗੀਆਂ। ਸੋ ਬਿਨ ਦੇ ਡਨ ਦੈਟ ਗ੍ਰੇਟ ਐਕਸਪੈਰੀਮੈਂਟ ਹੈਜ਼ ਬਿਨ ਡਨ, ਇਟ ਇਜ਼ ਇਨ ਏ ਵੇ ਔਨ ਗੋਇੰਗ, ਪਰ ਮੋਸਟ ਰਿਜ਼ਲਟਸ ਆਰ ਇਨ, ਦਿਸ ਇਜ਼ ਦਾ ਗ੍ਰੇਟੈਸਟ ਨੇਸ਼ਨ ਔਨ ਅਰਥ। ਮੈਂ ਪਰਫੈਕਟ ਨਹੀਂ ਕਹਿੰਦਾ, ਇਟ ਇਜ਼ ਨੋਟ ਪਰਫੈਕਟ, ਬਟ ਇਟ ਇਜ਼ ਦਾ ਲੀਸਟ ਇਮਪਰਫੈਕਟ। ਦੂਜੇ ਮੁਲਕ ਇਸ ਤੋਂ ਇਮਪਰਫੈਕਟ ਹੀ ਹੋਣਗੇ। ਜੇ ਅਮਰੀਕਾ ਦਾ ਕ੍ਰਿਟੀਸਿਜ਼ਮ ਕਰੋਗੇ, ਜਾਇਜ਼ ਕ੍ਰਿਟੀਸਿਜ਼ਮ ਕਰਦੇ ਨੇ ਸਾਰੇ, ਜ਼ਰੂਰ ਕਰੋ, ਪਰ ਅਮਰੀਕਾ ਦਾ ਕੰਪੈਰੀਜ਼ਨ ਇੱਕ ਆਈਡੀਅਲ ਕਸੌਟੀ ਨਾਲ ਨਾ ਕਰੋ। ਆਈਡੀਅਲ ਤਾਂ ਜੰਨਤ ਹੈ ਜਾਂ ਸਵਰਗ ਹੈ, ਜੇ ਆਈਡੀਅਲ ਲੱਭਣਾ ਤਾਂ ਪਹਿਲਾਂ ਮਰਨਾ ਪਏਗਾ। ਦੂਜੇ ਮੁਲਕ ਅਮਰੀਕਾ ਨਾਲੋਂ ਘੱਟ ਆਈਡੀਅਲ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹੁਣ ਪੁੱਛੋ ਕਿ ਕਿਉਂ? ਇਸ ਕਰਕੇ ਨਹੀਂ ਕਿ ਅਮਰੀਕਾ ਬੜਾ ਵੱਡਾ ਲੈਂਡਮਾਸ ਹੈ, ਐਡੇ ਐਡੇ ਵੱਡੇ ਜੀਓਗ੍ਰਾਫਿਕਲੀ ਹੋਰ ਕੰਟਰੀ ਵੀ ਹੈਗੇ ਨੇ। ਇਸ ਕਰਕੇ ਨਹੀਂ ਕਿ ਅਮਰੀਕਾ ਕੋਲ ਨੈਚੁਰਲ ਰਿਸੋਰਸਿਸ ਬੜੇ ਨੇ, ਉਹ ਵੀ ਦੁਨੀਆ ਦੇ ਬੜੇ ਕੰਟਰੀਜ਼ ਕੋਲ ਮੁਕਾਬਲੇ ਦੇ ਜਾਂ ਈਵਨ ਜ਼ਿਆਦਾ ਰਿਸੋਰਸਿਸ ਵੀ ਹੈਗੇ ਨੇ। ਇਸ ਕਰਕੇ ਨਹੀਂ ਕਿ ਅਮਰੀਕਨ ਦੇ ਦੌਲੇ ਸਭ ਤੋਂ ਵੱਡੇ ਨੇ, ਇਸ ਕਰਕੇ ਨਹੀਂ ਕਿ ਅਮਰੀਕਨਾਂ ਦਾ ਦਿਮਾਗ ਸਭ ਤੋਂ ਵੱਡਾ। ਉਹ ਰੱਬ ਨੇ ਸਾਰਿਆਂ ਨੂੰ ਬਰਾਬਰ ਹੀ ਟੈਲੈਂਟ ਦਿੱਤੀ ਹੈ। ਇਹ ਇਸ ਕਰਕੇ ਹੈ ਕਿ ਅਮਰੀਕਾ ਦਾ ਸਿਸਟਮ ਸਭ ਤੋਂ ਸੁਪੀਰੀਅਰ ਹੈ। ਸਿਸਟਮ ਕੀ? ਫਾਊਂਡਿੰਗ ਪ੍ਰਿੰਸੀਪਲਸ, ਫਾਊਂਡਿੰਗ ਡਾਕੂਮੈਂਟਸ ਬਰੋਟ ਟੂ ਯੂ ਬਾਏ ਦਾ ਫਾਊਂਡਰਸ। ਉਹ ਸਿਸਟਮ ਕਿਉਂ ਐਸਾ ਹੈ ਔਰ ਉਹਦੇ ਵਿੱਚ ਕੀ ਵਿਲੱਖਣਤਾ ਜਿਹੜੀ ਦੂਜੇ ਕੋਨਸਟੀਟਿਊਸ਼ਨ ਵਿੱਚ ਨਹੀਂ ਹੈਗੀ, ਉਹਦੀ ਮੈਂ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦੇਣਾ। ਅਸੀਂ ਹੋਰ ਗੱਲਾਂ ਕਰ ਰਹੇ ਸੀ ਪਰ ਇਹ ਵੀ ਸੰਬੰਧਿਤ ਹੀ ਹੈ ਕਿ ਅਸੀਂ ਨੈਚੁਰਲੀ ਇੰਸਟਿੰਕਟਿਵਲੀ ਸਮਝਦੇ ਹਾਂ ਕਿ ਐਕਸਟ੍ਰੀਮ ਕਿਸੇ ਵੀ ਚੀਜ਼ ਦਾ ਮਾੜਾ ਹੁੰਦਾ, ਮਿਡਲ ਜਿਹੜਾ ਉਹ ਬੈਟਰ ਹੈ। ਐਕਸਟ੍ਰੀਮ ਬਾਡੀ ਵੇਟ ਹੀ ਲੈ ਲਓ, 500 ਪਾਉਂਡ ਬਾਡੀ ਵੇਟ ਵੀ ਨਹੀਂ ਹੈਲਥੀ ਅਤੇ 50 ਪਾਉਂਡ ਦਾ ਅਡਲਟ ਵੀ ਨਹੀਂ ਹੈਲਥੀ। ਅਸੀਂ ਕਹਿੰਦੇ ਹਾਂ ਜੀ 125 ਤੋਂ 200 ਪਾਉਂਡ ਤੱਕ ਆਈਡੀਆ ਦੇ ਵਿਚਕਾਰ। ਹਾਈਟ ਦੀ ਐਗਜ਼ਾਮਪਲ ਲੈ ਲਓ, 4 ਫੁੱਟ ਹਾਈਟ ਦਾ ਅਡਲਟ ਵੀ ਜਿਹੜਾ ਅਸੀਂ ਆਈਡੀਅਲ ਨਹੀਂ ਸਮਝਦੇ ਅਤੇ 8 ਫੁੱਟ ਵੀ ਅਸੀਂ ਲਮਟੀਨ ਕਹਿੰਦੇ ਹਾਂ। ਇਹੀ ਜਿਹੜਾ 5 ਫੁੱਟ ਤੋਂ 6 ਫੁੱਟ 6.25 ਫੁੱਟ ਦੇ ਵਿੱਚ ਇਹਨੂੰ ਆਈਡੀਅਲ ਸਮਝਦੇ ਹਾਂ ਔਰ ਸਹੀ ਵੀ ਹੈ, ਬਟ ਦੇਰ ਆਰ ਐਕਸੈਪਸ਼ਨਸ। ਉਹ ਐਕਸੈਪਸ਼ਨਸ ਕੀ ਨੇ ਆਗਿਆਪਾਲ ਜੀ? ਸਾਈਜ਼ ਆਫ ਦਾ ਗਵਰਨਮੈਂਟ। ਐਕਸਟ੍ਰੀਮ ਹੈਗਾ ਨੋ ਗਵਰਨਮੈਂਟ, ਬਿਲਕੁਲ ਅਰਾਜਕਤਾ। ਦੂਜਾ ਐਕਸਟ੍ਰੀਮ ਹੈ 100% ਗਵਰਨਮੈਂਟ, ਹਰ ਚੀਜ਼ ਗਵਰਨਮੈਂਟ ਦਾ ਕੰਟਰੋਲ। ਆਪਣੀ ਗੱਲ ਇਹ ਹੋਈ ਸੀਗੀ ਕਿ ਜਦੋਂ ਅਸੀਂ ਇਸ ਦੇਸ਼ ਦੇ ਵਿੱਚ ਆਏ, ਜਦੋਂ ਮੈਂ ਪਹੁੰਚਿਆ ਸੀ ਅੱਜ ਤੋਂ ਕੋਈ 38 ਸਾਲ ਪਹਿਲਾਂ, ਤਾਂ ਰੇਗਨ ਵਾਜ਼ ਦਾ ਪ੍ਰੈਜ਼ੀਡੈਂਟ, ਪੰਜਾਬੀ ਹੁੰਦੇ ਨਹੀਂ ਸੀ। ਸੋ ਜਿਹਦੀ ਹਵਾ ਸੀ ਉਹਦੀ ਹਵਾ ਦੇ ਨਾਲ ਹੀ ਉਹ ਤੁਰੇ। ਸੋ ਆਈ ਬਕੇਮ ਆ ਰਿਪਬਲਿਕਨ। ਜਿਹੜਾ ਡੈਮੋਕਰੇਟਸ ਦੇ ਟਾਈਮ ਆਇਆ ਉਹ ਡੈਮੋਕਰੇਟ ਪਾਰਟੀ ਨੂੰ ਜੁਆਇਨ ਕਰ ਲਿਆ, ਜਾਂ ਜਿਹਦੇ ਰਿਸ਼ਤੇਦਾਰ ਸੀ ਉਹਨਾਂ ਦੇ ਇਨਫਲੂਐਂਸ ਥੱਲੇ ਆ ਗਏ।
ਪਰ ਲੈਕ ਆਫ ਨੌਲੇਜ ਵਿਦਆਊਟ ਨੋਇੰਗ ਹੂ ਇਜ਼ ਹੂ ਸੋ ਉਪਰਾਲਾ ਤਾਂ ਆਪਣਾ ਇਹੀ ਹੈ ਕਿ ਤਾਂ ਜੋ ਆਪਾਂ ਸਿਸਟਮ ਥੋੜ੍ਹਾ ਜਿਹਾ ਸਮਝ ਸਕੀਏ ਇਵੈਂਚੁਅਲੀ ਉੱਥੇ ਪਹੁੰਚਣਾ ਕਿ ਅਸੀਂ ਆਪ ਇੰਨੇ ਪਰਪੱਕ ਹੋ ਜਾਈਏ ਕਿ ਜਿਹੜੀ ਆਪਣੀ ਵੋਟ ਪਾਉਣੀ ਹੈ ਆਪਣੀ ਨੌਲੇਜ ਅਤੇ ਆਪਣੇ ਆਧਾਰ 'ਤੇ ਪਾਈਏ ਨਾ ਕਿ ਕਿਸੇ ਦੀ ਕਹਿਣ 'ਤੇ ਪਾਈਏ ਵਿਦਆਊਟ ਵਿਦਆਊਟ ਥਿੰਕਿੰਗ ਵਿਦ ਲੈਕ ਆਫ ਨੌਲੇਜ ਹਾਂ ਪਲੀਜ਼ ਕਰੀਏ ਉਹਦੇ ਬਾਰੇ ਮੈਂ ਜਿਹੜੀ ਮੈਂ ਇੱਕ ਚੰਗਿਆਰੀ ਜਗਾਉਣ ਦੀ ਗੱਲ ਕੀਤੀ ਸੀ ਉਹ ਮੇਰਾ ਇਹੀ ਉਪਰਾਲਾ ਹੈ 1776 ਵਿੱਚ ਅਮਰੀਕਾ ਵਾਰ ਆਫ ਇੰਡੀਪੈਂਡੈਂਸ ਜਿੱਤਿਆ ਬਰਤਾਨੀਆ ਤੋਂ ਔਰ ਉਸ ਤੋਂ ਪਹਿਲਾਂ ਇੱਕ ਉਸੇ ਸਾਲ ਹੀ ਐਡਮ ਸਮਿਥ ਇੱਕ ਫਾਦਰ ਆਫ ਇਕਨੋਮਿਕਸ ਉਹਨੇ ਆਪਣਾ ਮੇਨ ਮਾਸਟਰ ਵਰਕ ਪਬਲਿਸ਼ ਕੀਤਾ ਉਹਦਾ ਨਾਂ ਹੈ ਵੈਲਥ ਆਫ ਨੇਸ਼ਨਸ ਬਾਏ ਐਡਮ ਸਮਿਥ ਐਡਮ ਸਮਿਥ ਅਮੈਰੀਕਨ ਨਹੀਂ ਸੀ ਸਕੋਟਿਸ਼ ਸੀ ਤੁਸੀਂ ਦੁਨੀਆ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸ ਪਹਿਲਾਂ ਪੜ੍ਹੋ ਉੱਥੇ ਇਕਨੋਮਿਕਸ ਸਬਜੈਕਟ ਹੀ ਨਹੀਂ ਹੈਗਾ ਇਕਨੋਮਿਕਸ ਸ਼ੁਰੂ ਹੀ ਐਡਮ ਸਮਿਥ ਤੋਂ ਬਾਅਦ ਹੋਈ ਵੈਲਥ ਆਫ ਨੇਸ਼ਨਸ ਉਹਦੀ ਕੋਸ਼ਿਸ਼ ਉਹਦੀ ਰਿਸਰਚ ਇਹ ਸੀ ਕਿ ਪਤਾ ਕੀਤਾ ਜਾਏ ਕਿ ਨੇਸ਼ਨ ਦੀ ਵੈਲਥ ਕਿੱਥੋਂ ਆਉਂਦੀ ਹੈ ਔਰ ਇਹ ਵਾਹਿਗੁਰੂ ਦਾ ਭਾਣਾ ਹੈ ਕਿ ਇਹ ਵੀ 1776 ਵਿੱਚ ਹੀ ਆ ਗਿਆ ਅਮਰੀਕਨ ਰੈਵੋਲਿਊਸ਼ਨ ਵੀ 1776 ਵਿੱਚ ਆ ਗਈ ਅਮੈਰੀਕਨ ਫਾਊਂਡਿੰਗ ਫਾਦਰ ਜਿਹੜੇ ਗਹਿਰੇ ਫਿਲਾਸਫਰ ਸੀ ਕਿ ਇੱਕ ਨਵੀਂ ਉਂਗਰਦੀ ਹੋਈ ਫਿਲਾਸਫੀ ਨੂੰ ਵੀ ਇਹਨਾਂ ਨੇ ਛੇਤੀ ਸਮਝ ਲਿਆ ਛੇਤੀ ਚੁੰਬਕ ਦੀ ਤਰ੍ਹਾਂ ਖਿੱਚ ਕੇ ਲਾਇਆ ਔਰ ਅਮਰੀਕਾ ਦੇ ਸਿਸਟਮ ਵਿੱਚ ਇਨਕੋਰਪੋਰੇਟ ਕੀਤਾ ਉਹ ਫਿਲਾਸਫੀ ਕੀ ਹੈ ਵੈਲਥ ਆਫ ਨੇਸ਼ਨਸ ਕਿੱਥੋਂ ਆਉਂਦੀ ਹੈ ਮੈਂ ਵੀ ਵਿਚਾਰ ਕਰਦਾ ਹੁੰਦਾ ਸੀ ਆਪਣੇ ਟਾਈਮ 'ਚ ਕਿ ਦੁਨੀਆ ਦੇ ਕੁਛ ਮੁਲ ਗਰੀਬ ਨੇ ਕੁਛ ਅਮੀਰ ਨੇ ਉਹ ਕਿਉਂ ਨੇ ਹਰ ਕਿਸੇ ਦੀ ਆਪੋ ਆਪਣੀ ਅੰਡਰਸਟੈਂਡਿੰਗ ਹੈ ਐਡਮ ਸਮਿਥ ਦੀ ਅੰਡਰਸਟੈਂਡਿੰਗ ਉਹ ਕਹਿੰਦਾ ਕਿ ਵੈਲਥ ਕਮਸ ਫਰੋਮ ਪ੍ਰੋਡਿਊਸਿੰਗ ਗੁੱਡਸ ਐਂਡ ਸਰਵਿਸਿਸ ਵੈਲਥ ਡਜ਼ ਨਾਟ ਕਮ ਫਰੋਮ ਕੰਕਰਿੰਗ ਅਦਰ ਕੰਟਰੀਜ਼ ਉਸ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਜੇ ਕਿਸੇ ਮੁਲਕ ਨੇ ਅਮੀਰ ਹੋਣਾ ਫੌਜ ਇਕੱਠੀ ਕਰੋ ਕਿਸੇ 'ਤੇ ਹਮਲਾ ਕਰ ਦਿਓ ਕਬਜ਼ਾ ਕਰ ਲਓ ਅਤੇ ਕੌਂਕਰ ਕਰਕੇ ਉਹਦਾ ਖੂਨ ਚੂਸੋ ਐਡਮ ਸਮਿਥ ਨੇ ਪਹਿਲੀ ਵਾਰੀ ਇਹ ਸਿੱਧ ਕੀਤਾ ਨਾਟ ਬਾਏ ਮੋਰੈਲਿਟੀ ਜਾਂ ਆਪਣੀ ਥਿੰਕਿੰਗ ਬਟ ਐਕਚੁਅਲ ਰਿਸਰਚ ਉਹ ਕਹਿੰਦਾ ਕਿ ਜਿਹੜਾ ਮੁਲਕ ਇੱਕ ਮੁਲਕ ਦੂਜੇ ਨੂੰ ਕੌਂਕਰ ਕਰਨ ਵਿੱਚ ਜਿੰਨੇ ਉਹਦੀ ਨੈੱਟ ਕੋਸਟ ਹੈ ਔਰ ਉਸ ਮੁਲਕ ਨੂੰ ਸਪਰੈਸ ਕਰੀ ਰੱਖਣ ਵਿੱਚ ਉੱਥੋਂ ਦੀ ਆਜ਼ਾਦੀ ਦੀ ਲਹਿਰ ਨੂੰ ਦਬਾਉਣ ਵਿੱਚ ਜਿੰਨੀ ਉਹਦਾ ਜ਼ੋਰ ਲੱਗਦਾ ਉਹ ਟੋਟਲ ਕੋਸਟ ਜਿੰਨਾ ਉਹਨੂੰ ਐਕਸਪਲੋਇਟ ਕਰਕੇ ਆਪਣੇ ਕੋਲ ਧਨ ਜਾਂ ਵੈਲਥ ਲੈ ਜਾਂਦਾ ਉਹਦੇ ਨਾਲੋਂ ਸਿਗਨੀਫਿਕੈਂਟਲੀ ਜ਼ਿਆਦਾ ਮਤਲਬ ਜੇ 100 ਰੁਪਈਆ ਉਹ ਖਰਚਦਾ ਹੈ ਜੇ 100 ਰੁਪਈਆ ਕੌਂਕਰ ਕਰਨ 'ਚ ਅਤੇ ਕੌਂਕਰ ਮੇਨਟੇਨ ਕਰਨ 'ਚ ਕੀਤਾ ਉਹਨੇ ਅਤੇ ਨਿਚੋੜ ਕੇ ਖੂਨ ਉਸ ਮੁਲਕ ਦਾ ਉਹ $80 $80 ਲਿਜਾ ਸਕਦਾ ਉਹ 100 ਵੀ ਨਹੀਂ ਪੂਰੇ ਪੰਪ ਹੁੰਦੇ ਸੋ ਇਹ ਕਿਸੇ ਨੂੰ ਕੌਂਕਰ ਕਰਨਾ ਇੱਕ ਪਿਓਰਲੀ ਇਕਨੋਮਿਕਲੀ ਮੋਰਲੀ ਤਾਂ ਗਲਤ ਹੈ ਹੀ ਪਰ ਇਕਨੋਮਿਕਲੀ ਵੀ ਐਡਮ ਸਮਿਥ ਨੇ ਸਿੱਧ ਕਰ ਦਿੱਤਾ ਕਿ ਇਹ ਇਟ ਇਜ਼ ਏ ਫੁਲਿਸ਼ ਇਨਵੈਸਟਮੈਂਟ ਜਦੋਂ ਆਪਾਂ ਇੰਡੀਆ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ ਹਾਲਾਂਕਿ ਅਸੀਂ ਆਪਣੇ ਜਿਹੜੀ ਜਨਰਲ ਪਬਲਿਕ ਦੀ ਆਵਾਜ਼ ਵੀ ਉੱਠੀ ਲੇਕਿਨ ਉਹਦੇ ਨਾਲ ਇਹ ਵੀ ਇੱਕ ਪੁਆਇੰਟ ਆਉਂਦਾ ਬਹੁਤ ਘੱਟ ਆਉਂਦਾ ਕਿ ਇੰਗਲੈਂਡ ਹੈਡ ਡਿਸਾਈਡਿਡ ਰਿਅਲਾਈਜ਼ਡ ਕਿ ਜਿਹੜਾ ਇਸ ਕੰਟਰੀ ਨੂੰ ਰੂਲ ਕਰਨ ਦੇ ਵਿੱਚ ਸਾਡਾ ਜ਼ਿਆਦਾ ਖਰਚ ਹੋ ਰਿਹਾ ਸੀ ਇਹਦੇ ਤੋਂ ਕਮਾ ਖੱਟ ਰਹੇ ਬਿਕੋਜ਼ ਉਹ ਚੂਸ ਚੁੱਕੇ ਸੀ ਉਦੋਂ ਤੱਕ ਕਲੋਨੀਅਲਿਜ਼ਮ ਦਾ ਜ਼ਮਾਨਾ ਖਤਮ ਹੋ ਗਿਆ ਸੈਕਿੰਡ ਵਰਲਡ ਵਾਰ ਤੋਂ ਬਾਅਦ ਉਹਦੇ ਖਾਤਮੇ ਦਾ ਜਿਹੜਾ ਸੀਡ ਹੈ ਉਹ ਐਡਮ ਸਮਿਥ ਨੇ 1776 ਵਿੱਚ ਮੁਹੱਈਆ ਕੀਤਾ ਅਤੇ ਇਹਨਾਂ ਨੇ ਅਡੋਪਟ ਕਰ ਲਈ ਉਹ ਨਵੀਂ ਚੀਜ਼ ਉਸ ਇਹਨਾਂ ਨੇ ਛੇਤੀ ਅਡੋਪਟ ਕਰ ਲਈ ਸੋ ਦ ਟਾਈਮਿੰਗ ਵਾਸ ਰਾਈਟ ਹਾਂ ਦ ਟਾਈਮਿੰਗ ਵਾਸ ਰਾਈਟ ਜਸਟ ਹੈਪਨਡ ਟੂ ਬੀ ਰਾਈਟ ਸੋ 1947 ਸਿੱਖ ਕੌਮ ਇਸ ਚੀਜ਼ ਤੋਂ ਮਾਰ ਖਾ ਗਈ ਜਾਂ ਮੰਨਣਾ ਪਏਗਾ ਨਾ ਤੁਸੀਂ ਦੇਖੋ ਜੇ ਸਾਡੀ ਸਿੱਖ ਕੌਮ ਹੈ ਬਹਾਦਰਾਂ ਦੀ ਕੌਮ ਹੈ ਬਹੁਤ ਵਧੀਆ ਧਰਮ ਹੈ ਸਾਡਾ ਮਾਡਰਨ ਧਰਮ ਹੈ ਇਹਦੇ ਨਾਲ ਵੀ ਤੁਸੀਂ ਇਸ ਚੀਜ਼ ਨੂੰ ਰਿਲੇਟ ਕਰ ਸਕਦੇ ਹੋ ਕਿਉਂਕਿ ਆਜ਼ਾਦੀ ਸੁਤੰਤਰਤਾ ਲਿਬਰਟੀ ਤਾਂ ਫਿਰ ਹਰੇਕ ਖੇਤਰ ਦੇ ਵਿੱਚ ਹੀ ਜ਼ਿੰਦਗੀ 'ਚ ਆਉਂਦੀ ਹੈ ਨਾ ਤੁਸੀਂ ਇਕੱਲੇ ਦੇਸ਼ ਦੀ ਗੱਲ ਨਹੀਂ ਕਰ ਸਕਦੇ ਤੁਹਾਡੀ ਡੇ ਟੂ ਡੇ ਜਿਹੜੀ ਸੁਤੰਤਰਤਾ ਹੈ ਉਹ ਧਾਰਮਿਕ ਵੀ ਨਾਲ ਹੈਗੀ ਹੈ ਜੇ ਦੁਨਿਆਵੀ ਹੈ ਐਂਡ ਵੀ ਹੈਵ ਸਮਵੇਅਰ ਲੋਸਟ ਦੈਟ ਕੈਰੀ ਔਨ ਪਲੀਜ਼ ਸੋ ਮੈਂ ਪਿੱਛੇ ਗੱਲ ਕੀਤੀ ਸੀ ਕਿ ਐਕਸਟ੍ਰੀਮਸ ਆਰ ਬੈਡ ਮਿਡਲ ਇਜ਼ ਗੁੱਡ ਐਕਸੈਪਟ ਸਾਈਜ਼ ਆਫ ਗਵਰਨਮੈਂਟ ਐਕਸਟ੍ਰੀਮ ਇਜ਼ ਬੈਡ ਐਨਾਰਕੀ ਅਰਾਜਕਤਾ ਜਿਸ ਕੀ ਲਾਠੀ ਉਸ ਕੀ ਭੈਂਸ ਉਹ ਵੀ ਗਲਤ ਹੈ 100% ਗਵਰਨਮੈਂਟ ਕੰਟਰੋਲ ਵੀ ਗਲਤ ਹੈ ਅਸੀਂ ਸਾਰੇ ਮੰਨਦੇ ਹਾਂ ਜਦੋਂ 100% ਕੰਟਰੋਲ ਹੁੰਦਾ ਉਦੋਂ ਰੈਵੋਲਿਊਸ਼ਨ ਆ ਜਾਂਦੀ ਹੈ ਖੂਨ ਖਰਾਬਾ ਬਲੱਡ ਬਾਥ ਬਿਗ ਬੈਂਗ ਫਿਰ ਉਹ ਪਿਛਲਾ ਕੰਸਟੀਟਿਊਸ਼ਨ ਪਾਟਿਆ ਨਵਾਂ ਲਿਖਿਆ ਜਾਂਦਾ ਫਿਰ ਨਵੇਂ ਉਦੋਂ ਦੇ ਜਿਹੜੇ ਰੈਵੋਲਿਊਸ਼ਨ ਦੇ ਲੀਡਰ ਨੇ ਫਾਊਂਡਿੰਗ ਫਾਦਰਸ ਬਣ ਜਾਂਦੇ ਨੇ ਉਹ ਕੰਸਟੀਟਿਊਸ਼ਨ ਲਿਖਦੇ ਨੇ ਗੌਰਮੈਂਟ ਦੀ ਇਹ ਨੈਚੁਰਲ ਇੰਸਟਿੰਕਟ ਹੈ ਇਨਸਾਨ ਦਾ ਕਿ ਆਪਣੀ ਪਾਵਰ ਵਧਾਉਣਾ ਚਾਹੁੰਦਾ ਸੋਸ਼ਲਿਜ਼ਮ ਤੁਹਾਨੂੰ ਪੜ੍ਹਾਉਂਦਾ ਕਿ ਗਰੀਡ ਇਜ਼ ਬੈਡ ਰਿਚ ਆਰ ਗਰੀਡੀ ਤੁਸੀਂ ਗਰੀਡੀ ਨਹੀਂ ਹੋ ਮੈਂ ਗਰੀਡੀ ਨਹੀਂ ਹਾਂ ਮੈਂ ਤਾਂ ਹੈਗਾ ਜੀ
ਸੋ ਮੈਂ ਹਰ ਰੋਜ਼ ਗਰੀਡ ਨੂੰ ਅੱਗੇ ਰੱਖ ਕੇ ਹੀ ਆਪਣੇ ਬੱਚਿਆਂ ਦੀ ਰੋਟੀ ਕਮਾਉਂਦਾ। ਸੋ ਗਰੀਡ ਜਸਟ ਇਜ਼ ਐਡਮ ਸਮਿਥ ਵੀ ਕਹਿੰਦਾ ਦ ਬੁਚਰ ਡਜ਼ ਨੋਟ ਵੇਕ ਅਪ ਇਨ ਦਾ ਮੋਰਨਿੰਗ ਐਂਡ ਕੱਟ ਅਪ ਦ ਮੀਟ ਐਂਡ ਪ੍ਰੀਪੇਅਰਸ ਇਟ ਟੂ ਸੈਲ ਟੂ ਯੂ ਆਊਟ ਆਫ ਦਾ ਗੁੱਡਨੈਸ ਆਫ ਹਿਜ਼ ਡਿਜ਼ਾਇਰ ਟੂ ਫੀਡ ਯੂਅਰ ਚਿਲਡਰਨ। ਉਹ ਆਪਣੀ ਰੋਟੀ ਕਮਾਉਣ ਵਾਸਤੇ ਕੰਮ ਕਰ ਰਿਹਾ। ਐਗਜੈਕਟਲੀ। ਇੱਕ ਮਿਸਾਲ ਹੈ ਆਸਟਰੀਅਨ ਸਕੂਲ ਆਫ ਇਕਨੋਮਿਕਸ, ਉਹਦੀ ਵੀ ਕਿਸੇ ਬਾਰੇ ਫਿਊਚਰ ਵਿੱਚ ਗੱਲ ਕਰਾਂਗੇ। ਫਰੀ ਮਾਰਕੀਟ ਇਕਨੋਮਿਕਸ ਦਾ ਸਕੂਲ ਹੈ। ਇਹਨੂੰ ਆਪਾਂ ਡਾਕਟਰ ਸਾਹਿਬ ਜਿਹੜਾ ਲੈ ਕੇ ਆ ਰਹੇ ਨਾ, ਇਹ ਥੋੜ੍ਹਾ ਜਿਹਾ ਕਨੈਕਟਡ ਹੈ ਇਸ ਕਰਕੇ ਮੈਂ ਕਹਿ ਦਿਆਂ। ਓਕੇ। ਉਹ ਕਹਿੰਦਾ ਕਿ ਇੱਕ ਜ਼ਿਮੀਂਦਾਰ ਦਾ ਐਗਜ਼ਾਮਪਲ ਲਓ, ਉਹਦੇ ਕੋਲ 100 acres ਜ਼ਮੀਨ ਹੈ। ਉਹ 5 acres ਦੇ ਉੱਤੇ ਆਪਣੀ ਮਿਹਨਤ ਨਾਲ ਵਾਹੀ ਕਰਕੇ ਆਪਣੇ ਟੱਬਰ ਵਾਸਤੇ ਜਿੰਨੀ ਰੋਟੀ ਪਾਣੀ ਚਾਹੀਦਾ ਉਹ ਪੈਦਾ ਕਰ ਸਕਦਾ। ਉਹ ਬਾਕੀ 95 acres ਦੇ ਉੱਤੇ ਕਮਰ ਤੋੜ ਮਿਹਨਤ ਕਿਉਂ ਕਰਦਾ? ਕਿਉਂਕਿ ਉਹ ਗਰੀਡੀ ਹੈ। ਐਗਜੈਕਟਲੀ। ਉਹ ਆਪਣਾ ਸਟੈਂਡਰਡ ਆਫ ਲਿਵਿੰਗ ਜੋ ਵੀ ਹੈ ਉਸ ਤੋਂ ਹੋਰ ਇੰਪਰੂਵ ਕਰਨਾ ਚਾਹੁੰਦਾ। ਗਰੀਡ ਵਿੱਚ ਕੋਈ ਮਾੜੀ ਗੱਲ ਨਹੀਂ, ਗਰੀਡ ਨੂੰ ਤੁਸੀਂ ਸੈਟਿਸਫਾਈ ਕਿਵੇਂ ਕਰਦੇ ਹੋ ਉਹ ਗਰੀਡ ਨੂੰ ਚੰਗਾ ਜਾਂ ਮਾੜਾ ਕਰਦੀ ਹੈ। ਜੇ ਇੱਕ ਗਰੀਡੀ ਫਾਰਮਰ ਨਾ ਹੋਵੇ ਤਾਂ ਅਸੀਂ ਸਾਰੇ ਜਿੰਨੇ ਸਮਾਰਟ ਐਸ, ਪਾਰਡਨ ਮਾਈ ਇੰਗਲਿਸ਼, ਅਸੀਂ ਇੱਥੇ ਬੈਠੇ ਰੋਟੀ ਖਾਣ ਡਏ ਹਾਂ, ਸਾਨੂੰ ਰੋਟੀ ਨਾ ਮਿਲੇ, ਵੀ ਸਟਾਰਵ ਟੂ ਡੈਥ। ਵੀ ਡੂ, ਯਾ ਵੀ ਵਿਲ। ਸੋ ਗਰੀਡ ਇਜ਼ ਅ ਨੈਸੈਸਰੀ ਪਾਰਟ ਆਫ ਹਿਊਮਨ ਨੇਚਰ। ਇਹ ਰੱਬ ਨੇ ਬਣਾਈ ਹੈ, ਅਸੀਂ ਨਹੀਂ ਬਣਾਈ। ਅਸੀਂ ਇਹ ਚੈਲੇਂਜ ਰੱਬ ਨੇ ਦਿੱਤਾ ਸਾਨੂੰ ਵੀ ਆਪਣੀ ਗਰੀਡ ਕਾਕਾ ਜਾਂ ਬੇਟੀ ਚੰਗੇ ਤਰੀਕੇ ਨਾਲ ਫੁਲਫਿਲ ਕਰ ਦਿਓ ਕਿ ਕ੍ਰਿਮੀਨਲ ਬਿਹੇਵੀਅਰ ਨਾਲ ਫੁਲਫਿਲ ਕਰ ਦਿਓ। ਤੁਹਾਡੇ ਕੋਲ $100 ਨੇ, ਮੈਂ $100 ਮੰਗ ਰਿਹਾ, ਮੈਂ ਗਰੀਡ ਹੀ ਹਾਂ, ਮੈਂ ਪਿਸਤੌਲ ਤੁਹਾਡੀ ਕੰਨ ਪੱਟੀ 'ਤੇ ਰੱਖ ਸਕਦਾ, ਕਾਕਾ ਜੀ $100 ਦਿਓ ਨਹੀਂ ਤਾਂ ਤੁਹਾਨੂੰ ਮੈਂ ਮਾਰ ਦਿਆਂਗਾ, ਤੁਸੀਂ $100 ਦੇ ਕੇ ਜਾਨ ਬਚਾ ਲਈ। ਇੱਕ ਹੋਰ ਐਗਜ਼ਾਮਪਲ ਵੀ ਹੈ ਗਰੀਡ ਦੀ, ਤੁਹਾਡੇ ਕੋਲ $100 ਨੇ, ਮੈਂ ਗਰੀਡ ਹੀ ਹਾਂ, ਮੈਂ $100 ਚਾਹੁੰਦਾ, ਮੈਂ ਸਕੂਲੇ ਜਾਣਾ, ਪੜ੍ਹਾਈ ਕਰਨਾ, ਮਿਹਨਤ ਕਰਨਾ, ਚੰਗੇ ਨੰਬਰ ਲੈਣਾ, ਮੈਡੀਕਲ ਕਾਲਜ ਦਾਖਲਾ ਹੁੰਦਾ ਮੇਰਾ, ਮੈਡੀਕਲ ਕਾਲਜ 'ਚ ਮਿਹਨਤ ਕਰਨਾ, ਫਿਰ ਇਗਜ਼ਾਮ ਪਾਸ ਕਰਨਾ, ਫਿਰ ਮੈਂ ਡਾਕਟਰ ਬਣਨਾ, ਫਿਰ ਲਾਇਸੈਂਸਿੰਗ ਦੇ ਇਗਜ਼ਾਮ ਪਾਸ ਕਰਨਾ। ਹੁਣ ਤੁਹਾਨੂੰ ਲੱਗੀ ਖੰਘ ਅਤੇ ਮੈਂ ਕਹਿਣਾ ਕਾਕਾ ਜੀ $100 ਦਿਓ ਅਤੇ ਤੁਹਾਡੀ ਖੰਘ ਠੀਕ ਕਰ ਦਿਆਂਗੇ, ਮੈਂ ਵੀ ਗਰੀਡੀ ਹਾਂ। ਗਰੀਡ ਜਸਟ ਇਜ਼ ਇਹ ਸੋਸ਼ਲਿਜ਼ਮ ਦੀ ਥਰਸਟ ਕਿ ਅਮੀਰ ਗਰੀਡੀ ਹੈ, ਬਾਕੀ ਸਾਰੇ ਬੜੇ ਭਗਤ ਲੋਕ ਨੇ, ਇਜ਼ ਨੌਨਸੈਂਸ। ਐਡਮ ਸਮਿਥ ਨੇ, ਨੋ, ਜੇਮਸ ਮੈਡੀਸਨ ਜਿਹਨੂੰ ਫਾਦਰ ਆਫ ਕੋਨਸਟੀਟਿਊਸ਼ਨ ਕਹਿੰਦੇ ਨੇ, ਉਹਨੇ ਕਿਹਾ ਸੀ ਇਫ ਮੈਨ ਵਰ ਏਂਜਲਸ ਨੋ ਗਵਰਨਮੈਂਟ ਵਿਲ ਬੀ ਨੈਸੈਸਰੀ। ਵੈਰੀ ਟਰੂ। ਸੋ ਉਹਨਾਂ ਨੇ ਜੇ ਗਵਰਨਮੈਂਟ ਬਣਾਈ, ਜੇ ਸਿਸਟਮ ਕੋਨਸਟੀਟਿਊਸ਼ਨ ਕ੍ਰੀਏਟ ਕੀਤਾ, ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਕਿ ਇਨਸਾਨ ਗਰੀਡੀ ਵੀ ਹੈਗੇ ਨੇ, ਸਾਰੇ ਗਰੀਡੀ ਨੇ, ਸਿਸਟਮ ਐਸਾ ਬਣਾਇਆ ਜਾਵੇ ਕਿ ਰੂਲ ਬਾਏ ਲਾਅ, ਰੂਲ ਆਫ ਲਾਅ ਮੇਨਟੇਨ ਰਹੇ। ਗਰੀਡੀ ਹੋਣ ਦੇ ਨਾਤੇ ਮੈਂ ਐਕਸਟ੍ਰੀਮ ਦੀ ਗੱਲ ਕਰਦਾ ਸਾਂ, ਗੌਰਮੈਂਟ ਜਿੱਥੋਂ ਵੀ ਸ਼ੁਰੂ ਕਰੇ ਕੋਨਸਟੀਟਿਊਸ਼ਨ, ਜਿੱਡੀ ਮਰਜ਼ੀ ਵਰਦੀ, ਗੌਰਮੈਂਟ ਨੇ ਇੱਧਰ ਨੂੰ ਜਾਣਾ 100 ਵਾਲੇ ਪਾਸੇ। ਜਦੋਂ 100 ਵਾਲੇ ਪਾਸੇ ਗਏ, ਬਿੱਗ ਬੈਂਗ, ਧਮਾਕਾ, ਰੈਵੋਲੂਸ਼ਨ। ਫਾਊਂਡਿੰਗ ਫਾਦਰਸ ਨੂੰ ਇਹ ਐਕਸੈਪਸ਼ਨ ਪਤਾ ਸੀ ਕਿ ਇਨ ਦਿਸ ਐਗਜ਼ਾਮਪਲ ਮਿਡਲ ਇਜ਼ ਨੋਟ ਦਾ ਬੈਸਟ, ਅਰਾਜਕਤਾ ਦੇ ਬਿਲਕੁਲ ਨਜ਼ਦੀਕ ਸਮਾਲੈਸਟ ਪੋਸੀਬਲ ਗੌਰਮੈਂਟ ਇਜ਼ ਬੈਸਟ। ਕਿਉਂਕਿ ਉਹ ਵੀ ਗਰੀਡੀ ਨੇ, ਇਹ ਵੀ ਗਰੀਡੀ ਨੇ, ਇਹਨਾਂ ਨੇ ਇੱਥੋਂ ਇੱਧਰ ਨੂੰ ਜਾਣਾ, ਉਹਨਾਂ ਨੇ ਵੀ ਉੱਥੋਂ ਇੱਧਰ ਨੂੰ ਜਾਣਾ। ਜਦੋਂ ਇੱਥੇ ਪਹੁੰਚ ਗਏ, ਧਮਾਕਾ ਹੋਣਾ, ਬਲੱਡ ਬਾਥ। ਜਿਹੜੀ ਟ੍ਰੇਨ 0 to 100 miles ਦੇ ਸਫ਼ਰ 'ਤੇ 50 ਤੋਂ ਚਾਲੂ ਹੋਈ ਹੈ, ਉਹ 100 ਦੇ ਪਹਿਲਾਂ ਪਹੁੰਚੇਗੀ ਕਿ 5 ਵਾਲੀ ਪਹਿਲਾਂ ਪਹੁੰਚੇਗੀ? ਬਟ ਓਬਵੀਅਸਲੀ ਅੱਗੋਂ ਜਿਹੜਾ ਸਿਸਟਮ ਆਫ ਚੈੱਕਸ ਐਂਡ ਬੈਲੈਂਸਿਸ, ਚੈੱਕਸ ਐਂਡ ਬੈਲੈਂਸਿਸ ਉਹਨਾਂ ਨੇ ਪਾਏ, ਉਹ 5 miles ਦੇ ਪੁਆਇੰਟ ਤੋਂ ਸਟਾਰਟ ਹੋਣ ਵਾਲੀ ਟ੍ਰੇਨ ਕੋਨਸਟੀਟਿਊਸ਼ਨ ਟੂ ਰਨ ਦਾ ਗਵਰਨਮੈਂਟ, ਉਹਦੇ ਉੱਤੇ ਚੈੱਕਸ ਐਂਡ ਬੈਲੈਂਸਿਸ ਲਾ ਕੇ ਉਹਦੀ ਸਪੀਡ ਵੀ ਬ੍ਰੇਕਾਂ ਲਾ ਛੱਡੀਆਂ। ਆਹ ਟ੍ਰੇਨ ਜਿਹੜੀ ਹੈ ਇਹ 50 miles ਪਰ ਆਵਰ 'ਤੇ ਜਾ ਰਹੀ ਆ, ਉਹ ਟ੍ਰੇਨ 7-8 miles ਪਰ ਆਵਰ 'ਤੇ ਆ ਰਹੀ ਆ। ਇਸੇ ਕਰਕੇ ਉਹਨੇ ਧਮਾਕੇ ਵੱਲ ਤਾਂ ਜਾਣਾ, ਪਰ ਜ਼ਿਆਦਾ ਦੇਰ ਪੀਸਫੁਲੀ ਸਿਟੀਜ਼ਨ ਦੀ ਪ੍ਰੋਸਪੈਰਿਟੀ ਵਧਾਉਣ ਦਾ ਮੌਕਾ ਦੇਵੇਗੀ, ਔਰ ਉਹਦਾ ਪਰੂਫ ਤੁਹਾਡੇ ਸਾਹਮਣੇ ਮੈਂ ਦੇ ਚੁੱਕਾ। ਸੋ ਬਿੱਗ ਬੈਂਗ ਉਦੋਂ ਵੀ ਹੋਣਾ ਅਮਰੀਕਨ ਸਿਸਟਮ ਵਿੱਚ ਵੀ, ਪਰ ਕਦੇ ਸੋਚਿਆ ਆਪਾਂ ਕਿ ਇਹ ਨਿਊ ਵਰਲਡ ਹੈ ਅਮਰੀਕਾ ਨੂੰ, ਐਟਲਾਂਟਿਕ ਓਸ਼ਨ ਦੇ ਵੈਸਟ ਜਿਹੜਾ ਵੀ ਨੌਰਥ ਅਮਰੀਕਾ, ਸਾਊਥ ਅਮਰੀਕਾ, ਮਹਾਂਦੀਪ ਹੈ, ਇਹਨਾਂ ਨੂੰ ਨਿਊ ਵਰਲਡ ਕਹਿੰਦੇ ਨੇ, ਓਲਡ ਵਰਲਡ ਹੈ ਅਫਰੀਕਾ, ਏਸ਼ੀਆ, ਯੂਰਪ। ਓਲਡ ਵਰਲਡ ਅਤੇ ਦੁਨੀਆ ਦਾ ਓਲਡੈਸਟ ਕੋਨਸਟੀਟਿਊਸ਼ਨ ਨਿਊ ਵਰਲਡ 'ਚ ਬੈਠਾ। ਕਿਉਂ? ਕਿਉਂਕਿ ਉਹ 50 ਤੋਂ ਨਹੀਂ ਸ਼ੁਰੂ ਹੋਇਆ, ਉਹ ਭਾਈ ਸਾਹਿਬ 5 ਤੋਂ ਸ਼ੁਰੂ ਹੋਇਆ, ਔਰ ਨਾਲੇ ਉਹ 5-7 miles ਪਰ ਆਵਰ 'ਤੇ ਜਾ ਰਿਹਾ। ਪ੍ਰੋਗਰੈਸਿਵਿਜ਼ਮ ਉਹਨੂੰ, ਉਹਦੀ ਸਪੀਡ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਜਿਹੜੀਆਂ ਚੈੱਕਸ ਐਂਡ ਬੈਲੈਂਸਿਸ ਨੇ ਉਹਦੀਆਂ ਬ੍ਰੇਕਸ ਨੂੰ ਪੁੱਟਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਕਿ ਇੱਧਰ ਛੇਤੀ ਨਾਲ ਜਾਵੇ, ਕਿਉਂਕਿ ਉਹਦੇ ਨਾਲ ਗੌਰਮੈਂਟ ਦੀ ਪਾਵਰ ਹੋਰ ਵੱਧਦੀ ਹੈ, ਗੌਰਮੈਂਟ ਔਰ ਗੌਰਮੈਂਟ ਦੇ ਗੁਰਗੇ ਵਿੱਚ ਇਜ਼ ਮਲਟੀਨੈਸ਼ਨਲ ਕਾਰਪੋਰੇਸ਼ਨਸ। ਸੋ ਉਹ ਆਪਣੀ ਪਾਵਰ ਵਧਾਉਣਾ ਚਾਹੁੰਦੇ ਨੇ, ਪਾਵਰ ਤਾਂ ਅਸੀਂ ਵੀ ਵਧਾਉਣਾ ਚਾਹੁੰਦੇ, ਪਰ ਸਾਡੇ ਕੋਲ ਤਰੀਕੇ ਥੋੜ੍ਹੇ ਨੇ, ਪੋਲੀਟੀਸ਼ੀਅਨ ਕੋਲ ਔਰ ਬਿੱਗ ਬਿਜ਼ਨਸਮੈਨ ਕੋਲ ਬਹੁਤ ਜ਼ਿਆਦਾ ਹਥਿਆਰ ਨੇ। ਹੁਣ ਇੱਕ ਸਵਾਲ ਹੈ ਸਰ ਦਾ ਇਹਦੇ 'ਚੋਂ, ਤੁਹਾਡੀ ਸਾਰੀ ਥਿਊਰੀ ਦੇ ਵਿੱਚੋਂ, ਹੁਣ ਇਹਨੂੰ ਆਪਾਂ ਰਿਲੇਟ ਕਰਦੇ ਹਾਂ ਵੀ ਸਾਡੀ ਜਿਹੜੀ 2-party ਗਵਰਨਮੈਂਟ ਹੈ,
ਇਹਦੇ 'ਚ ਤੁਸੀਂ ਕਿਹੜੀ ਪਾਰਟੀ ਨੂੰ ਮਤਲਬ ਅਗੇਨ ਵੀ ਆਰ ਨੋਟ ਹੇਅਰ ਟੂ ਕ੍ਰਿਟੀਸਾਈਜ਼ ਔਰ ਫੇਵਰ ਐਨੀ ਪਾਰਟੀ ਆਪਣੇ ਵਿਚਾਰ ਨੇ ਇਹ ਇਹਦੇ ਵਿੱਚ ਤੁਸੀਂ ਫਿਰ ਕਿਹੜੀ ਕਿਹੜੀ ਪਾਰਟੀ ਨੂੰ ਲੈ ਕੇ ਆਉਂਦੇ ਹੋ ਵੀ ਵਿਚ ਵਨ ਇਜ਼ ਬੈਟਰ ਫੋਰ ਐਨ ਇੰਡੀਵਿਜੁਅਲ ਇਨ ਅਮੈਰੀਕਾ ਜੋ ਮੇਰਾ ਓਪੀਨੀਅਨ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਅੱਗੋਂ ਯੂ ਟੇਕ ਇਟ ਫੋਰ ਵਟ ਇਟ ਇਜ਼ ਵਰਥ ਲਾਈਕ ਆਈ ਸੈਡ ਮੈਂ ਚਾਹੁੰਦੇ ਨਹੀਂ ਕਿ ਤੁਸੀਂ ਮੇਰਾ ਓਪੀਨੀਅਨ ਬਿਲੀਵ ਕਰੋ ਮੈਂ ਚਾਹੁੰਦਾ ਕਿ ਆਪਣੀ ਸਪਾਰਕ ਜਗਾਓ ਅਤੇ ਫਿਰ ਆਪੇ ਟੱਕਰਾਂ ਮਾਰ ਮਾਰ ਕੇ ਆਪਣੀ ਅਵੇਅਰਨੈਸ ਨੌਲੇਜ ਵਧਾਓ ਤੁਸੀਂ ਸ਼ੇਅਰ ਕਰ ਲਓ ਨਾ ਸਾਡੇ ਨਾਲ ਹਾਂ ਉਹ ਇਹ ਹੈ ਕਿ ਫੰਡਾਮੈਂਟਲੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਉਹ ਬਿਨ ਦੇ ਡਨ ਦੈਟ ਪੁਰਾਣੇ ਹਿਸਟਰੀ ਦੇ ਲੈਸਨਸ ਤੋਂ ਸਿੱਖਣ ਨੂੰ ਬਿਲਕੁਲ ਤਿਆਰ ਨੇ ਜਾਂ ਨਹੀਂ ਹੈ ਓਕੇ ਉਹ ਸਮਝਦੇ ਕਿ ਅਸੀਂ ਜੋ ਸਲਿਊਸ਼ਨ ਲੱਭਣਾ ਉਹੀ ਬੈਸਟ ਹੋਏਗਾ ਸਾਡੇ ਤੋਂ ਪਹਿਲਾਂ ਜਿਹੜੀਆਂ ਜਨਰੇਸ਼ਨ ਆਈਆਂ ਨੇ ਉਹਨਾਂ ਦੇ ਉੱਤੇ ਵੀ ਡੋਂਟ ਨੀਡ ਟੂ ਲੁੱਕ ਐਟ ਦੈਮ ਔਰ ਲਰਨ ਫਰੋਮ ਦੈਮ ਬਿਨ ਦੇ ਡਨ ਦੈਟ ਨੂੰ ਉਹ ਬਿਲੀਵ ਨਹੀਂ ਕਰਦੇ ਜਿਹੜਾ ਜੋਰਸਨ ਟਾਇਨਾ ਕਹਿੰਦਾ ਦੋਜ਼ ਹੂ ਡੋਂਟ ਲਰਨ ਫਰੋਮ ਦੇਅਰ ਹਿਸਟਰੀ ਆਰ ਡੂਮ ਟੂ ਰਿਪੀਟ ਇਟ ਡੈਮੋਕ੍ਰੈਟਸ ਆਰ ਦੋਜ਼ ਪੀਪਲ ਰਿਪਬਲਿਕਨਸ ਉਹ ਵੋਟਾਂ ਲੈਣ ਲੱਗਿਆਂ ਤਾਂ ਸਹੀ ਗੱਲ ਕਰਦੇ ਨੇ ਅਸੀਂ ਕੋਨਸਟੀਟਿਊਸ਼ਨ ਦੀ ਰਿਸਪੈਕਟ ਕਰਾਂਗੇ ਅਸੀਂ ਜੋ ਕੋਨਸਟੀਟਿਊਸ਼ਨ ਕਹਿੰਦਾ ਉਹਦੇ ਤੋਂ ਅਸੀਂ ਦੂਰ ਚਲੇ ਗਏ ਅਸੀਂ ਵਾਪਸ ਉੱਧਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਪਰ ਜਦੋਂ ਇਲੈਕਸ਼ਨ ਜਿੱਤ ਜਾਂਦੇ ਨੇ ਉਹ ਵੀ ਉੱਥੇ ਪਹੁੰਚ ਜਾਂਦੇ ਨੇ ਸੋ ਟੂ ਮੀ ਦੇ ਆਰ ਬੋਥ ਹਾਈਲੀ ਅਨਸੈਟਿਸਫੈਕਟਰੀ ਮੈਂ ਤਾਂ ਫਾਊਂਡਿੰਗ ਫਾਦਰ ਦੇ ਨਾਲ ਹਾਂ ਜਾਰਜ ਵਾਸ਼ਿੰਗਟਨ ਥਾਮਸ ਜੈਫਰਸਨ ਬੈਂਜਾਮਿਨ ਫਰੈਂਕਲਿਨ ਜੋਨ ਐਡਮਸ ਸੈਮੂਅਲ ਐਡਮ ਜੇਮਸ ਮੈਡੀਸਨ ਪੈਟ੍ਰਿਕ ਹੈਨਰੀ ਜੋਨ ਜੇ ਅਲੈਗਜ਼ੈਂਡਰ ਹੈਮਿਲਟਨ ਅਤੇ ਜਿਹੜਾ ਮੈਂ ਇੱਕ ਆਮ ਸਿਟੀਜ਼ਨ ਦੇ ਪੱਖ ਦੀ ਗੱਲ ਕਰਦਾ ਹੁਣ ਜੇ ਡੈਮੋਕ੍ਰੈਸੀ ਮੈਂ ਗੱਲ ਕਰਾਂ ਜਿਵੇਂ ਹਰੇਕ ਬੰਦੇ ਦੀ ਕੋਈ ਫੇਵਰੇਟ ਡਿਸ਼ ਹੁੰਦੀ ਹੈ ਨਾ ਕਿਸੇ ਪ੍ਰੋਗਰਾਮ 'ਤੇ ਜਾਵੇ ਉਹ ਚਾਹੁੰਦਾ ਯਾਰ ਮੇਰੀ ਡਿਸ਼ ਹੋਣੀ ਚਾਹੀਦੀ ਹੈ ਫੋਰ ਮੀ ਡੈਮੋਕ੍ਰੈਟਸ ਫੇਵਰੇਟ ਡਿਸ਼ ਇਜ਼ ਟੈਕਸ 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 ਵਧਾਈ ਚਲੋ ਅੱਛਾ ਟੈਕਸ ਦੇ ਨਾਲ ਹੀ ਗਵਰਨਮੈਂਟ ਵੱਧਦੀ ਹੈ ਦੇਖੋ ਫਿਰ ਉਹੀ ਗਵਰਨਮੈਂਟ ਵੱਧਦੀ ਹੋ ਜਾਂਦੀ ਹੈ ਰਿਪਬਲਿਕਨਸ ਆਰ ਦਾ ਸਾਈਡ ਵਿਦ ਟੈਕਸ ਘਟਾਓ ਅਤੇ ਗਵਰਨਮੈਂਟ ਛੋਟੀ ਹੋਣੀ ਚਾਹੀਦੀ ਹੈ ਸੋ ਡਿਸਾਈਡ ਤਾਂ ਮੈਂ ਆਪਣੀ ਨੌਲੇਜ ਨਾਲ ਹੀ ਕਰਨਾ ਵੋਟ ਕੇ ਇਹਨੂੰ ਕਰੈਕਟ ਪਰ ਆਪਣਾ ਪਰਪਸ ਇਹ ਬੈਠਾ ਹੈ ਵੀ ਥੋੜ੍ਹਾ ਜਿਹਾ ਬੇਸਿਕ ਹਿਸਟਰੀ ਟੱਚ ਕਰਕੇ ਥੋੜ੍ਹੀ ਜਿਹੀ ਨੌਲੇਜ ਦਿੰਦੇ ਆਪਾਂ ਇਸ ਪੁਆਇੰਟ 'ਤੇ ਲੈ ਕੇ ਕਿ 2018 'ਚ ਜਿਹੜੀ ਇਲੈਕਸ਼ਨ ਆਉਣੀ ਆਪਣੀ ਜਿਹਦੇ 'ਚ ਆਪਾਂ ਚਾਹੁੰਦੇ ਕਿ ਆਪਣੀਆਂ ਕਮਿਊਨਿਟੀਜ਼ ਜਿਹੜੀਆਂ ਨੇ ਵੀ ਆਰ ਦ ਮਾਇਨੋਰਟੀਜ਼ ਜਿਵੇਂ ਆਪਣੇ ਸਿੱਖ ਕਮਿਊਨਿਟੀ ਬੈਠੀ ਆਪਣੇ ਮੁਸਲਿਮ ਵੀਰ ਬੈਠੇ ਭੈਣ ਭਰਾ ਬੈਠੇ ਨੇ ਇੰਡੀਆ ਦੇ ਹੋਰ ਮਾਇਨੋਰਟੀਜ਼ ਬੈਠੇ ਨੇ ਉਹਨਾਂ ਲਈ ਵਟ ਇਜ਼ ਦ ਰਾਈਟ ਦੋਨਾਂ 'ਚੋਂ ਚੁਣਨਾ ਤਾਂ ਦੋਨਾਂ 'ਚੋਂ ਪੈਣਾ ਸੋ ਮੇ ਬੀ ਵਿਲ ਚੂਜ਼ ਦ ਲੈਸਰ ਆਫ ਦ ਈਵਲ ਵਨ ਰਾਈਟ ਰਾਈਟ ਬਟ ਬੇਸਿਕਲੀ ਮੈਂ ਸਮਝਦਾ ਕਿ ਡੈਮੋਕ੍ਰੈਟ ਔਰ ਰਿਪਬਲਿਕਨ ਪਾਰਟੀ ਨੂੰ ਮੈਂ ਹੁਣ ਲੇਟਲੀ ਯੂਨੀ ਪਾਰਟੀ ਕਹਿਣ ਲੱਗ ਪਿਆ ਕਿਹੜੀ ਪਾਰਟੀ ਜੀ ਯੂਨੀ ਪਾਰਟੀ ਇਟਸ ਵਨ ਪਾਰਟੀ ਇਟਸ ਵਨ ਪਾਰਟੀ ਓਕੇ ਉਹ ਕੁਛ ਇੱਕ ਪਹਿਲੂ 'ਚ ਉਹਨਾਂ ਦੇ ਡਿਫਰੈਂਸਿਸ ਹੈਗੇ ਨੇ ਬਟ ਬਿਗ ਪਿਕਚਰ ਬਰਿੰਗ ਪ੍ਰੋਸਪੈਰਿਟੀ ਟੂ ਦਾ ਵਰਕਿੰਗ ਕਲਾਸ ਉਹਦੇ 'ਚੋਂ ਉਹ ਦੋਵੇਂ ਇਕੱਠੇ ਨੇ ਓਕੇ ਵਰਕਿੰਗ ਕਲਾਸ ਦੀ ਪ੍ਰੋਸਪੈਰਿਟੀ ਕਿਸ ਗੱਲ ਨਾਲ ਘਟਦੀ ਹੈ ਅੰਨੀ ਇਮੀਗ੍ਰੇਸ਼ਨ ਇੱਥੋਂ ਦੇ ਅਮੈਰੀਕਨ ਸਿਟੀਜ਼ਨ ਦੀ ਵੇਜ ਡਿਮਾਂਡ ਕਰਨ ਦੀ ਓਪਰਚੁਨਿਟੀ ਘੱਟ ਜਾਂਦੀ ਹੈ ਓਕੇ ਦੂਸਰੀ ਹੈ ਬਿਗ ਕੰਸਨਟ੍ਰੇਸ਼ਨ ਆਫ ਵੈਲਥ ਇਨ ਮਲਟੀਨੈਸ਼ਨਲ ਐਂਡ ਵਾਲ ਸਟਰੀਟ ਉਹਦੇ ਨਾਲ ਵੀ ਮੈਸਿਸ ਦੀ ਇਕਨੋਮਿਕ ਅਪਲਿਫਟਮੈਂਟ ਰੁਕਦੀ ਹੈ ਇਹਨਾਂ ਦੋਵਾਂ ਕੰਮਾਂ 'ਚ ਡੈਮੋਕ੍ਰੈਟ ਅਤੇ 70-80% ਰਿਪਬਲਿਕਨ ਯੂਨੈਨੀਮਸਲੀ ਇੱਕ ਪਾਸੇ ਨੇ 20-25-30% ਡਿਫਰੈਂਟ ਪੀਪਲ ਥਿੰਕ ਡਿਫਰੈਂਟ ਪਰਸੈਂਟੇਜਸ ਬਟ ਕੁਛ ਰਿਪਬਲਿਕਨ ਨੇ ਜਿਹੜੇ ਕਿ ਜੇਮਸ ਮੈਡੀਸਨ ਅਤੇ ਥਾਮਸ ਜੈਫਰਸਨ ਦੇ ਨਾਲ ਨੇ ਬਾਕੀ ਸਾਰੇ ਡੈਮੋਕ੍ਰੈਟਸ ਦੇ ਨਾਲ ਨੇ ਵੋਟਰ ਹਾਂ ਵੋਟਰ ਨੂੰ ਬੇਵਕੂ ਬਣਾਉਣ ਵਾਸਤੇ ਉਹ ਕਹਿ ਦੇਣਗੇ ਭਈ ਇਹ ਡੈਮੋਕ੍ਰੈਟ ਹੈ ਮੈਂ ਤਾਂ ਇਹਦੇ ਅਪੋਜ਼ਿਟ ਹਾਂ ਪਰ ਜਦੋਂ ਇਲੈਕਸ਼ਨ ਹੋ ਗਏ ਮੁੜ ਕੇ ਬੈਕਰੂਮ ਡੀਲ ਬਿਲਕੁਲ ਉਹੋ ਜਿਹੀ ਬੜੀ ਸੋਹਣੀ ਬਣਦੀ ਹੈ ਜਿਹੜੀ ਦੋਵਾਂ ਨੂੰ ਮਨਜ਼ੂਰ ਹੁੰਦੀ ਹੈ ਸੋ ਇਜ਼ ਇਟ ਸੇਫਰ ਟੂ ਸੇ ਨਾਓ ਕਿ ਜਿਹੜਾ ਸਾਡਾ ਲੋਕਲ ਕੈਂਡੀਡੇਟ ਹੈ ਜਿਹੜਾ ਲੋਕਲ ਕੈਂਡੀਡੇਟ ਸਾਡੀਆਂ ਲੋਕਲ ਨੀਡਸ ਨੂੰ ਮੁੱਖ ਰੱਖਦਿਆਂ ਹੋਈ ਫਿਰ ਆਪਾਂ ਸਿਲੈਕਟ ਕਰੀਏ ਪਹਿਲਾਂ ਸ਼ੁਰੂ ਕਰ ਤੋਂ ਕਰੀਏ ਫਿਰ ਜੇ ਸਾਰਿਆਂ ਦਾ ਇਹੀ ਹਾਲ ਹੈ ਇਹ ਕੁਸ਼ਚਨ ਤੁਹਾਡਾ ਇਹ ਮੈਨੂੰ ਇੱਕ ਹੋਰ ਬੜੇ ਵੱਡੇ ਵਿਸ਼ੇ ਵੱਲ ਲੈ ਜਾਂਦਾ ਉਹ ਇਹ ਹੈ ਕਿ ਫਾਊਂਡਿੰਗ ਫਾਦਰ ਦੇ ਵੀ ਰੈਕੋਗਨਾਈਜ਼ ਕਰਦੇ ਸੀ ਕਿ ਤੁਸੀਂ ਐਗਰੀ ਕਰੋਗੇ ਬਿਕੋਜ਼ ਤੁਸੀਂ ਸੋਚਿਆ ਨਾ ਹੋਵੇ ਤਾਂ ਵਹੀ ਗੱਲ ਹੈ ਸੋਚਣਾ ਸ਼ੁਰੂ ਕਰੋਗੇ ਤੁਸੀਂ ਐਗਰੀ ਕਰੋਗੇ ਕਿ ਆਗਿਆ ਪਾਲ ਸਿੰਘ ਨਾਲੋਂ ਜ਼ਿਆਦਾ ਦੁਨੀਆ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਜਿਹਨੂੰ ਉਦੋਂ ਜ਼ਿਆਦਾ ਪਤਾ ਹੋਵੇ ਕਿ ਆਗਿਆ ਪਾਲ ਕਿਹੜੀ ਚੀਜ਼ ਪਸੰਦ ਕਰਦਾ ਕਿਹੜੀ ਨਹੀਂ ਪਸੰਦ ਕਰਦਾ ਕਿਹੜੀ ਉਹਨੂੰ ਚੰਗੀ ਲੱਗਦੀ ਹੈ ਕਿਹੜੀ ਮਾੜੀ ਲੱਗਦੀ ਹੈ ਕਿਹੜੀ ਉਹਨੂੰ ਇਰੀਟੇਟ ਕਰਦੀ ਹੈ ਕਿਹੜੀ ਉਹਨੂੰ ਖੁਸ਼ੀ ਦਿੰਦੀ ਹੈ ਕੀ ਉਹ ਚਾਹੁੰਦਾ ਕੀ ਉਹ ਨਹੀਂ ਚਾਹੁੰਦਾ ਕੋਈ ਦੁਨੀਆਂ 'ਚ ਹੋਰ ਕੋਈ ਬੰਦਾ ਹੈਗਾ ਰਾਈਟ ਠੀਕ ਹੈ ਜਿਹੜੀ
ਆਗਿਆਪਾਲ ਬਾਠ ਦੀ ਫੈਮਿਲੀ ਹੈ, ਉਸ ਫੈਮਿਲੀ ਨਾਲੋਂ ਜ਼ਿਆਦਾ ਤੁਹਾਡੀ ਜਾਂ ਤੁਹਾਡੀ ਜਾਂ ਤੁਹਾਡੀ ਫੈਮਿਲੀ ਨੂੰ ਨਹੀਂ ਪਤਾ ਕਿ ਇਹਨਾਂ ਵਾਸਤੇ ਕੀ ਚੰਗਾ ਕੀ ਮਾੜਾ, ਇਹ ਕੀ ਚੰਗਾ ਜਾਂ ਮਾੜਾ ਸਮਝਦੇ ਨੇ। ਐਗਜੈਕਟਲੀ। ਜਿਹੜਾ ਫੇਅਰਫੈਕਸ ਕਾਊਂਟੀ 'ਚ ਤੁਸੀਂ ਰਹਿੰਦੇ ਹੋ, ਫੇਅਰਫੈਕਸ ਕਾਊਂਟੀ ਦੀ ਦੁਨੀਆ ਨੂੰ ਜ਼ਿਆਦਾ ਪਤਾ ਹੈ ਕਿ ਔਰੇਂਜ ਕਾਊਂਟੀ ਕੈਲੀਫੋਰਨੀਆ ਨੂੰ ਕਿ ਫੇਅਰਫੈਕਸ ਕਾਊਂਟੀ ਲਈ ਕੀ ਚੰਗਾ ਕੀ ਮਾੜਾ। ਓਬਵੀਅਸਲੀ ਲੋਕਾਂ ਵਰਜੀਨੀਆ ਸਟੇਟ ਨੂੰ ਜ਼ਿਆਦਾ ਪਤਾ ਹੈ ਜਾਂ ਕਿ ਅਲਾਸਕਾ ਨੂੰ ਜ਼ਿਆਦਾ ਪਤਾ ਹੈ ਵਰਜੀਨੀਆ ਬਾਰੇ। ਸੋ ਹੈਪੀਨੈਸ, ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ, ਪਰਸੂਟ ਆਫ ਹੈਪੀਨੈਸ ਦੇ ਕੈਪੇਬਲ ਹੀ ਨਹੀਂ ਉਹ ਔਰੇਂਜ ਕਾਊਂਟੀ ਵਾਲੇ ਪਰਸਿਊਇੰਗ ਵਰਜੀਨੀਆ ਹੈਪੀਨੈਸ ਔਰ ਫੇਅਰਫੈਕਸ ਹੈਪੀਨੈਸ। ਉਹ ਆਪਣੀ ਹੈਪੀਨੈਸ ਪਰਸੂ ਕਰਨ ਦੇ ਬਾਰੇ ਜਾਣ ਕਰ ਰਹੇ, ਰਾਈਟ, ਤੁਹਾਡੇ ਬਾਰੇ ਉਹਨਾਂ ਨੂੰ ਨਹੀਂ। ਐਗਜੈਕਟਲੀ। ਤੁਹਾਡੇ ਅਫੇਅਰ ਨੂੰ ਕੰਟਰੋਲ ਕਰਨ ਦੀ ਪਾਵਰ ਉਹਨਾਂ ਨੂੰ ਕਿਉਂ ਦਿੱਤੀ ਜਾਵੇ? ਇਹੋ ਹੀ ਜਿਹੜਾ ਸੀਡ ਹੈ ਅਮੈਰੀਕਨ ਸਕਸੈਸ ਦਾ ਫੰਡਾਮੈਂਟਲ ਰੀਜ਼ਨ। ਸਿਟੀਜ਼ਨ ਇਜ਼ ਸਾਵਰਨ, ਦੁਨੀਆ ਦਾ ਕੋਈ ਕੋਨਸਟੀਟਿਊਸ਼ਨ ਇਹ ਨਹੀਂ ਜੇ ਕਹਿੰਦਾ ਕਿ ਸਿਟੀਜ਼ਨ ਇਜ਼ ਸਾਵਰਨ। ਸਾਵਰਨ ਮੈਨੇ ਬਾਦਸ਼ਾਹ। ਤੁਸੀਂ ਅਮਰੀਕਨ ਸਿਟੀਜ਼ਨ ਹੋਣ ਦੇ ਨਾਤੇ ਆਪਣੀ ਜ਼ਿੰਦਗੀ ਦੇ ਬਾਦਸ਼ਾਹ ਤੁਸੀਂ ਹੋ, ਕੋਈ ਗੌਰਮੈਂਟ ਨਹੀਂ। ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ, ਵੀ ਆਰ ਐਂਡਾਊਡ ਬਾਏ ਆਵਰ ਕ੍ਰੀਏਟਰ। ਇਹ ਸਾਨੂੰ ਵਾਹਿਗੁਰੂ ਨੇ, ਗੋਡ ਨੇ ਲਾਈਫ ਦਿੱਤੀ ਹੈ। ਯੂ ਮਿਸਟਰ ਗਵਰਨਮੈਂਟ ਡਿਡ ਨਾਟ ਗਿਵ ਮੀ ਲਾਈਫ, ਯੂ ਕੈਨੋਟ ਟੇਕ ਇਟ ਅਵੇ। ਅੱਗੋਂ ਲਾਈਫ ਦੇ ਟੈਕਸ ਨਾਲ ਲਿੰਕ ਮੈਂ ਤੁਹਾਨੂੰ ਦੱਸਾਂ। ਸੋਚਣ ਵਾਲੀ ਗੱਲ ਹੈ, ਆਪੇ ਤੁਹਾਡੇ ਦਿਮਾਗ 'ਚ ਆ ਜਾਏਗੀ ਇੱਕ ਵਾਰੀ ਤੁਹਾਡੇ ਸੋਚਣੀ ਜਿਹੜੀ ਇਸ ਪਾਸੇ ਧਿਆਨ ਦੇਣ ਲੱਗ ਪਈ। ਅਤੇ ਤੁਹਾਨੂੰ ਇਸੇ ਕਰਕੇ ਅੱਜ ਲੈ ਕੇ ਆਇਆ ਸੀ ਚੇਚੇ ਤੌਰ 'ਤੇ ਕਿ ਸੋਚਣੀ ਨੂੰ ਤੋਰਨਾ, ਕਿਉਂਕਿ ਬਹੁਤ ਇੰਪੋਰਟੈਂਟ ਹੈ ਡਾਕਟਰ ਸਾਹਿਬ। ਮਾਈ ਟੀਵੀ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ, ਪਰ ਮੈਂ ਬਾਰ ਬਾਰ, ਮੈਨੂੰ ਕੋਈ ਇਹਦੇ 'ਚ ਸ਼ਰਮ ਵਾਲੀ ਗੱਲ ਨਹੀਂ ਕਿ ਮੈਂ ਬਾਰ ਬਾਰ ਕਹਿੰਦਾ, ਆਮ ਨੋਟ ਟਰਾਈਂਗ ਟੂ ਪੁੱਟ ਐਨੀਬਡੀ ਡਾਊਨ ਕਿ ਤੁਸੀਂ ਕਿਸੇ ਨੂੰ ਕਰਨ ਵਾਲੇ, ਲੇਕਿਨ ਜੇ ਇੱਕ ਸਾਨੂੰ ਮੀਡੀਅਮ ਮਿਲਿਆ ਉਹਦੇ ਰਾਹੀਂ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕੇ ਸਾਡੀ ਕਮਿਊਨਿਟੀ ਦੀ ਹੋਣੀ ਚਾਹੀਦੀ ਹੈ। ਔਰ ਖਾਸ ਕਰਕੇ ਅਸੀਂ ਵੈਸੇ ਮਨੋਰਟੀਆਂ ਦੁਨੀਆਂ ਦੇ ਵਿੱਚ, ਔਰ ਉਹ ਤੋਂ ਬਾਅਦ ਇਸ ਖਾਸ ਕਰਕੇ ਇਸ ਕੰਟਰੀ ਦੇ ਵਿੱਚ ਅਸੀਂ ਮਨੋਰਟੀ ਹਾਂ, ਵੀ ਗੱਟ ਟੂ ਪਲੇ ਐਕਟਿਵ ਰੋਲ ਐਟ ਜਿਹੜੇ ਸਾਡੇ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਅਗਰ ਰਿਪ੍ਰਜੈਂਟੇਸ਼ਨ ਨਹੀਂ ਹੋਏਗੀ ਤਾਂ ਮੈਂ ਕਹਿੰਦਾ ਵੀ ਫਿਰ ਕੋਈ ਕਿਤੇ ਵੀ ਨਹੀਂ। ਹੁਣ ਪੰਜਾਬੀ ਦੀ ਕਹਾਵਤ ਹੈ ਵੀ ਧੂੜ ਦੇ ਟੱਟੂ, ਹੁਣ ਤੁਸੀਂ ਘੋੜੇ ਦੇ ਰੇਸ ਦੇ ਵਿੱਚ ਚਾਹੇ ਟੱਟੂ ਨੂੰ ਪਜਾ ਲਓ ਤਾਂ ਧੂੜ ਦੇ ਵਿੱਚ ਰੁਲ ਜਾਣਾ ਨਾ, ਜਾਂ ਤਾਂ ਅਗਲਿਆਂ ਦਾ ਪਤਾ ਅਤੇ ਜਾਂ ਪਿਛਲੇ, ਕਿਉਂਕਿ ਉਦੋਂ ਤੱਕ ਧੂੜ ਬਹਿ ਜਾਂਦੀ ਜਾਂ ਮੇਰੇ ਵਰਗਾ ਲੰਘਾ ਜਾ ਹੁੰਦਾ, ਤੁਰਿਆ ਹੁੰਦਾ ਹੁੰਦਾ। ਸੋ ਲੈਟਸ ਬੀ ਅਪ ਇਨ ਦ ਫਰੰਟ, ਸਾਡੀ ਜਿਹੜੀ ਕਮਿਊਨਿਟੀ ਹੈ, ਐਂਡ ਵੀ ਹੈਵ ਦੀ ਕੇਪੇਬਿਲਿਟੀ, ਵੀ ਹੈਵ ਦ ਕੇਪੇਬਿਲਿਟੀ, ਵੀ ਹੈਵ ਦ ਬ੍ਰੇਨ, ਵੀ ਹੈਵ ਦ ਪੀਪਲ ਟੂ ਬੀ ਦੇਅਰ। ਮੇਰੇ ਖਿਆਲ 'ਚ ਅੱਜ ਆਪਾਂ ਇਹਨੂੰ ਇੱਥੇ ਹੀ ਰੈਪ ਅਪ ਕਰਦੇ ਹਾਂ ਜੀ, ਅਤੇ ਕੈਰੀ ਔਨ ਇਨ ਆਨ ਨੈਕਸਟ ਸੈਗਮੈਂਟ, ਕਿਉਂਕਿ ਜ਼ਿਆਦਾ ਟਾਈਮ ਆਪਾਂ ਵਿਊਜ਼ ਦਾ ਕਾਹਦਾ ਨਹੀਂ ਲਵਾਂਗੇ, ਬਟ ਵਿਲ ਕੈਰੀ ਔਨ ਦ ਕਨਵਰਸੇਸ਼ਨ। ਔਰ ਮੈਂ ਚਾਹੁੰਦਾ ਕਿ ਮੈਂ ਤੁਹਾਡੀ ਆਡੀਅੰਸ ਨੂੰ, ਤੁਹਾਡੇ ਸਰੋਤਿਆਂ ਨੂੰ ਪਲੀਜ਼ ਥੈਂਕ ਯੂ ਕਹਾਂ ਕਿ ਉਹਨਾਂ ਨੇ ਮੇਰੀ ਗੱਲ ਸੁਣੀ। ਜੇ ਉਹ ਨਹੀਂ ਵੀ ਐਗਰੀ ਕਰਦੇ ਫਿਰ ਵੀ ਉਨਾ ਹੀ ਥੈਂਕ ਯੂ। ਔਰ ਮੇਰੀ ਕੋਈ ਗਲਤੀ ਜਾਂ ਕੋਈ ਚੀਜ਼ ਤੁਹਾਨੂੰ ਓਫੈਂਸਿਵ ਲੱਗੀ ਹੋਵੇ, ਦੁੱਖਦਾਈ ਹੋਵੇ, ਉਹਦੇ ਲਈ ਮੈਂ ਮਾਫ਼ੀ ਮੰਗਣਾ, ਕਿਉਂਕਿ ਮੇਰੀ ਗਲਤੀ ਨਾਲ ਮੈਂ ਇਰੀਟੇਟ ਕਰ ਸਕਦਾ ਤੁਹਾਨੂੰ, ਪਰ ਮੇਰੀ ਇੱਛਾ ਇਹੀ ਹੈ ਕਿ ਪ੍ਰੋਸਪੈਰਿਟੀ ਸਾਰੇ ਇਨਸਾਨ 'ਚ ਗਰੀਬ ਤੋਂ ਗਰੀਬ ਕੋਲ ਪਹੁੰਚ ਜਾਏ। ਡਾਕਟਰ ਸਾਹਿਬ, ਲੈਟਸ ਐਗਰੀ ਟੂ ਡਿਸਐਗਰੀ। ਯੈਸ, ਅਤੇ ਜੇ ਅਸੀਂ ਇਹੀ ਨਹੀਂ ਕਰ ਸਕਦੇ ਫਿਰ ਤਾਂ ਅਸੀਂ ਇਕੱਠੇ ਰਹਿ ਨਹੀਂ ਸਕਦੇ। ਰਾਈਟ, ਐਂਡ ਵੀ ਨੀਡ ਟੂ ਲਰਨ ਫਰੋਮ ਦ ਪਾਸਟ। ਜਿਵੇਂ ਤੁਸੀਂ ਪਹਿਲਾਂ ਆਖਿਆ ਕਿ ਜਿੱਦਣ ਅਮੈਰੀਕਾ ਸ਼ੁਰੂ ਹੋਇਆ ਜਿਹੜਾ ਉਦਣ ਸੀਡ ਉਹਨਾਂ ਨੇ ਬੀਜਿਆ ਉਹਦੇ ਰਿਜ਼ਲਟ ਅੱਜ ਨੇ, ਅਤੇ ਸਾਡੇ ਜਿਹੜੇ ਬੀਜੇ ਹੋਏ ਨੇ ਉਹ ਅਸੀਂ ਭੁਗਤ ਰਹੇ ਹਾਂ। ਉਹ ਵੀ ਸਾਡੇ ਚੰਗੇ ਬੀਜੇ ਹੁੰਦੇ ਤਾਂ ਅੱਜ ਅਸੀਂ ਇੱਥੇ ਨਾ ਹੁੰਦੇ, ਪਰ ਕਿਉਂਕਿ ਪਰਮਾਤਮਾ ਨੇ ਸਾਨੂੰ ਸਾਰਾ ਮੌਕਾ ਦਿੱਤਾ ਕਿ ਇੱਕ ਵਧੀਆ ਬਾਗ ਬਗੀਚੇ ਦੇ ਅਸੀਂ ਵੀ ਕੀ ਕਹਿੰਦੇ ਹੁੰਦੇ ਫੁੱਲਾਂ ਦੇ ਰੰਗ ਬਿਰੰਗ ਜਿਹੜੇ ਰੰਗ ਉਹਨਾਂ ਦਾ ਪਾਣੀ ਹੈ, ਖੁਸ਼ਬੂਆਂ ਦਾ ਆਨੰਦ ਮਾਣੀ ਹੈ। ਪਰਸੂਟ ਆਫ ਹੈਪੀਨੈਸ, ਲੈਟਸ ਪਰਸੂ ਇਟ ਐਂਡ ਬੀ ਹੈਪੀ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ ਤੁਹਾਡਾ। ਵੀ ਆਲ ਲਵ ਯੂ, ਵੀ ਰਿਸਪੈਕਟ ਯੂ, ਥੈਂਕ ਯੂ ਤੁਹਾਡੇ ਫੋਨ ਕਾਲਸ ਦਾ, ਈਮੇਲਸ ਦਾ, ਸਪੋਰਟ ਕਰਨ ਦਾ, ਐਂਡ ਵੀ ਕੀਪ ਵਰਕਿੰਗ ਵੈਰੀ ਹਾਰਡ। ਗੁੱਡ ਨਾਈਟ ਜੀ, ਸਾਡੇ ਦੋਨਾਂ ਭਰਾਵਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।